ਜੇ ਕੋਈ ਰੱਖੇ ਸਿਦਕ ਨਾਲ ਮਾਲਕ ਦੇ ਵੱਲ ਮੁੱਖ ਜੇ ਕੋਈ ਰੱਖੇ ਸਿਦਕ ਨਾਲ ਮਾਲਕ ਦੇ ਵੱਲ ਮੁੱਖ ਸੱਚਾ ਮਾਲਕ ਬਖਸ਼ਦਾ ਹੱਦੋਂ ਬਾਲੇ ਸੁੱਖ ਦੇਵੇ ਖੂਬ ਨਿਆਮਤਾਂ ਦੂਰ ਕਰੇ ਹਰ ਭੁੱਖ ਜੋ ਸਤੜੇ ਦਲ ਜਾ ਕੇ ਸੀਸ ਨਵਾਵੇ ਚੁੱਕ ਗੇੜੇ ਜੰਮਣ ਮਰਨ ਦੇ ਉਹਦੇ ਜਾਂਦੇ ਮੁੱਖ ਗੇੜੇ ਜੰਮਣ ਮਰਨ ਦੇ ਉਹਦੇ ਜਾਂਦੇ ਮੁੱਖ ਬਹੁਤ ਹੀ ਵਧੀਆ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਦਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਹਫ਼ਤੇ ਦਾ ਆਖਰੀ ਪ੍ਰੋਗਰਾਮ ਹੁੰਦਾ ਜੀ ਔਰ ਆਖਰੀ ਪ੍ਰੋਗਰਾਮ ਦੇ ਵਿੱਚ ਵੱਖਰਾਪਨ ਜਿਹੜਾ ਇਹ ਹੁੰਦਾ ਕਿ ਅਸੀਂ ਪੁਰਾਣੀਆਂ ਚੀਜ਼ਾਂ ਯਾਦ ਕਰੀਦੀਆਂ ਪੁਰਾਣੇ ਜਿਹੜੇ ਗੱਲਾਂ ਬਾਤਾਂ ਹੁੰਦੀਆਂ ਪਿੰਡਾਂ ਦੀਆਂ ਉਹ ਤਾਜ਼ਾ ਕਰੀਦੀਆਂ ਯਾਦਾਂ ਜਿਹੜੀਆਂ ਯਾਦਾਂ ਵਤਨ ਦੀਆਂ ਦੇ ਵਿੱਚ ਅੱਜ ਵੀ ਉਹੀ ਕਰਾਂਗੇ ਪਰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੋਗਰਾਮ ਬਹੁਤ ਹੀ ਦੁਖਦਾਈ ਖਬਰਾਂ ਜਿਹੜੀਆਂ ਵੈਸੇ ਤਾਂ ਰੋਜ਼ ਹੀ ਕੋਈ ਨਾ ਕੋਈ ਆਉਂਦੀਆਂ ਸੋਸ਼ਲ ਮੀਡੀਆ 'ਤੇ ਫੇਸਬੁੱਕ 'ਤੇ ਜਦੋਂ ਕੋਈ ਇਕੱਲੇ ਦੀ ਖਬਰ ਪਾ ਕੇ ਉੱਪਰ ਵਾਹਵਾ ਸਾਰਾ ਲਿਖਿਆ ਹੁੰਦਾ ਅਤੇ ਉਦੋਂ ਇੱਕਦਮ ਪਹਿਲਾਂ ਤਾਂ ਦਿਮਾਗ ਨੂੰ ਝਟਕਾ ਲੱਗਦਾ ਵੀ ਲੈ ਵੀ ਇਹ ਵੀ ਕੋਈ ਮਾੜੀ ਖਬਰ ਆ ਗਈ ਪਰ ਬਾਅਦ ਦੇ ਵਿੱਚ ਦੇਖੀਦਾ ਕਈ ਵਾਰੀ ਉਹ ਜਨਮਦਿਨ ਦੀ ਗੱਲ ਹੁੰਦੀ ਉੱਤੇ ਵਾਹਵਾ ਸਾਰਾ ਲਿਖਿਆ ਹੁੰਦਾ ਜਦੋਂ ਵੀ ਕੋਈ ਕਿਸੇ ਹੋਰ ਦੀ ਫੋਟੋ ਪਾਉਂਦਾ ਆਪਦੀ ਆਈ ਡੀ 'ਤੇ ਤਾਂ ਇੱਕਦਮ ਦਿਲ ਡਰ ਜਾਂਦਾ ਪਹਿਲਾਂ ਖਬਰਾਂ ਅਸੀਂ ਦੇਖ ਹੀ ਰਹੇ ਹਾਂ ਜੀ ਖਬਰਾਂ ਰੋਜ਼ ਮੰਦਭਾਗੀਆਂ ਹੀ ਆ ਰਹੀਆਂ ਨੇ ਔਰ ਕਰੋਨਾ ਨਾਲ ਹੀ ਮੌਤਾਂ ਹੋ ਰਹੀਆਂ ਨੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਜੋ ਰਿਸ਼ਤੇਦਾਰ ਨੇ ਬੈਠੇ ਇੰਡੀਆ ਦੇ ਵਿੱਚ ਉਹਨਾਂ ਦੀਆਂ ਵੀ ਖਬਰਾਂ ਆ ਰਹੀਆਂ ਨੇ ਅਤੇ ਨਾਲ ਦੀ ਨਾਲ ਅਸੀਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਉਈਂ ਗੱਲ ਕਰਦੇ ਹੁੰਦੇ ਸੀ ਵੈਸੇ ਐਸੀ ਗੱਲ ਨਹੀਂ ਸੀਗੀ ਕਿ ਕੋਈ ਵੱਡੇ ਲੋਕ ਜਿਹੜੇ ਆ ਉਹਨਾਂ ਨੂੰ ਕਰੋਨਾ ਨਹੀਂ ਹੁੰਦਾ ਇਹ ਆ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਪਰ ਹੁਣ ਜੇ ਦੇਖੀਏ ਤਾਂ ਕਰੋਨਾ ਜਿਹੜਾ ਵੱਡੇ ਲੋਕਾਂ ਨੂੰ ਵੀ ਕਾਫੀ ਵੱਡੇ ਪੱਧਰ 'ਤੇ ਹੋ ਰਿਹਾ ਪਿੱਛੇ ਜੇ ਆਹ ਜਰਨੈਲ ਸਿੰਘ ਦੀ ਗੱਲ ਕਰ ਰਹੇ ਸੀ ਕੱਲ੍ਹ ਉਹਨਾਂ ਦੀ ਡੈਥ ਹੋ ਗਈ ਜਰਨੈਲ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੀ ਪੀ ਚਿਦੰਬਰਮ ਦੇ ਉਹਨਾਂ ਨੇ ਬੂਟ ਮਾਰਿਆ ਸੀਗਾ ਅਤੇ ਪੱਤਰਕਾਰ ਸੀਗੇ ਉੱਥੇ ਪੱਤਰਕਾਰ ਹੋਣ ਦੇ ਨਾਤੇ ਅਤੇ ਜਦੋਂ ਗਏ ਸੀਗੇ ਉਹ ਮੀਟਿੰਗ ਦੇ ਵਿੱਚ ਅਤੇ ਉਹਨਾਂ ਨੇ ਉਹਨੇ ਬੂਟ ਚਲਾ ਕੇ ਮਾਰਿਆ ਸੀਗਾ ਅਤੇ ਕਾਫੀ ਉਦੋਂ ਬਾਅਦ ਚਲੋ ਜੇਲ੍ਹ ਜ਼ੂਰ ਵੀ ਜਦੋਂ ਹੋਈ ਹੋਈ ਜੋ ਵੀ ਹੋਇਆ ਅਤੇ ਉਦੋਂ ਬਾਅਦ ਕਾਫੀ ਚਰਚਾ ਦੇ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ MLA ਬਣੇ ਸੀਗੇ ਔਰ ਨਾਲ ਦੀ ਨਾਲ ਅਗਰ ਗੱਲ ਕਰੀਏ ਕਾਫੀ ਕਹਿੰਦੇ ਵਧੀਆ ਲੋਕ ਸੀ ਵਧੀਆ ਬੰਦੇ ਸੀਗੇ ਕਾਫੀ ਉਹਨਾਂ ਦੀ ਡੈਥ ਹੋ ਗਈ ਆ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਪੰਜਾਬ ਦਾ ਵੀ ਇੱਕ ਯੂਥ ਆਮ ਆਦਮੀ ਪਾਰਟੀ ਦਾ ਯੂਥ ਦਾ ਉਹਨਾਂ ਦਾ ਐਕਸੀਡੈਂਟ ਹੋ ਗਿਆ ਮੁੰਡੇ ਦਾ ਉਹਦੀ ਵੀ ਡੈਥ ਹੋ ਗਈ ਸੀ ਚਲੋ ਕੱਲ੍ਹ ਹਜੇ ਅਸੀਂ ਉਹਨਾਂ ਦੀ ਗੱਲ ਕਰਦੇ ਸੀ ਅੱਜ ਸਵੇਰੇ ਸਵੇਰੇ ਇੱਕ ਹੋਰ ਬਹੁਤ ਮੰਦਭਾਗੀ ਖਬਰ ਜਿਹੜੀ ਮਿਲੀ ਉਹਨੇ ਵੀ ਦਿਲ ਨੂੰ ਹਿਲਾ ਕੇ ਰੱਖਤਾ ਅਸੀਂ ਹਮੇਸ਼ਾ ਜ਼ਿਕਰ ਕਰੀਦਾ ਸਰਦਾਰ ਭਗਤ ਸਿੰਘ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਨਾਲ ਦੀ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਗੱਲ ਕਰੀਦੀ ਹੈ ਅਤੇ ਅਭੈ ਸਿੰਘ ਸੰਧੂ ਜੀ ਅਭੈ ਸੰਧੂ ਜੀ ਜਿਹੜੇ ਹੈਗੇ ਨੇ ਉਹਨਾਂ ਦੀ ਵੀ ਗੱਲ ਕਰੀਦੀ ਉਹਨਾਂ ਦਾ ਭਤੀਜਾ ਸੀ ਭਗਤ ਸਿੰਘ ਜੀ ਦਾ ਅਭੈ ਸੰਧੂ ਨਵੇਂ ਸ਼ਹਿਰ ਰਹਿੰਦੇ ਸੀ ਔਰ ਆਮ ਆਦਮੀ ਪਾਰਟੀ ਤੋਂ ਉਹ ਵੀ ਇਲੈਕਸ਼ਨਾਂ ਦੇ ਵਿੱਚ ਖੜ੍ਹੇ ਸੀ ਜਦੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਆਈ ਆ ਉਦੋਂ ਇਲੈਕਸ਼ਨਾਂ ਦੇ ਵਿੱਚ ਖੜ੍ਹੇ ਸੀਗੇ ਨਾ ਸੋਰੀ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਜਦੋਂ ਮਨਪ੍ਰੀਤ ਬਾਦਲ ਨੇ ਬਣਾਈ ਸੀ ਉਹਦੇ ਵਿੱਚ ਉਹ ਨਵੇਂ ਸ਼ਹਿਰ ਤੋਂ ਇਲੈਕਸ਼ਨਾਂ ਤੋਂ ਖੜ੍ਹੇ ਸੀਗੇ ਪਰ ਹਾਰ ਗਏ ਸੀਗੇ ਤਾਂ ਉਹਨਾਂ ਦੇ ਦਿਲ ਨੂੰ ਬੜਾ ਦੁੱਖ ਲੱਗਿਆ ਸੀਗਾ ਵੀ ਭਾਈ ਜੇ ਇਹੀ ਹਾਲ ਹੈ ਸ਼ਹੀਦਾਂ ਦੇ ਪਰਿਵਾਰਾਂ ਦਾ ਤਾਂ ਫਿਰ ਤਾਂ ਕੰਮ ਖਰਾਬ ਹੀ ਹੈ ਸੋ ਉਹਨਾਂ ਦੀ ਵੀ ਡੈਥ ਹੋ ਗਈ ਕੱਲ੍ਹ ਕਰੋਨਾ ਦੇ ਨਾਲ ਹੀ ਉਹਨਾਂ ਦੀ ਡੈਥ ਹੋਈ ਹੈ ਜਰਨੈਲ ਸਿੰਘ ਦੀ ਡੈਥ ਵੀ ਜਿਹੜੀ ਕਰੋਨਾ ਦੇ ਨਾਲ ਹੋਈ ਹੈ ਸੋ ਬਹੁਤ ਹੀ ਮੰਦਭਾਗੀਆਂ ਖਬਰਾਂ ਜੀ ਇਹ ਪਰਮਾਤਮਾ ਬਚਾ ਰੱਖੇ ਇਹੀ ਅਸੀਂ ਅਰਦਾਸ ਕਰਦੇ ਹਾਂ ਇਹੀ ਦੁਆ ਕਰਦੇ ਹਾਂ ਪਰਮਾਤਮਾ ਅੱਗੇ ਕਿ ਭਲੀ ਕਰੋ ਜੀ ਥੋੜ੍ਹੀ ਬਹੁਤ ਬਹੁਤ ਜ਼ਿਆਦਾ ਹੋ ਗਿਆ ਅਗਰ ਭਾਰਤ ਦੀ ਗੱਲ ਕਰੀਏ ਤਾਂ ਅੱਛਾ ਦੂਜੀ ਗੱਲ ਕਰੋਨਾ ਦੀ ਇਹ ਕਹਿੰਦੇ ਸੀ ਪਹਿਲਾਂ ਅਸੀਂ ਜਿਹੜੀਆਂ ਚੀਜ਼ਾਂ ਪਹਿਲਾਂ ਕਹਿੰਦੇ ਸੀ ਵੀ ਨਹੀਂ ਨਹੀਂ ਇਹ ਤਾਂ ਐਵੇਂ ਹੀ ਲੱਗਦੀਆਂ ਹੁਣ ਜਦੋਂ ਉਹ ਸਾਹਮਣੇ ਆ ਰਹੀਆਂ ਤਾਂ ਹੋਰ ਵੀ ਦਿਲ ਦੁਖਦਾ ਹੈ ਪਹਿਲਾਂ ਅਸੀਂ ਕਹਿੰਦੇ ਸੀ ਪਿੰਡਾਂ 'ਚ ਕਰੋਨਾ ਹੈ ਨਹੀਂ ਅਤੇ ਹੁਣ ਪਿੰਡਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਕਰੋਨਾ ਨੇ ਪੈਰ ਪਸਾਰੇ ਨੇ ਕਾਰਨ ਕੀ ਹੈ ਜਦੋਂ ਕਾਰਨ ਲੱਭਣ ਤੁਰੇ ਅਤੇ ਪਤਾ ਲੱਗਿਆ ਜੀ ਅਸੀਂ ਇੱਕ ਗੱਲ ਇਹ ਵੀ ਕਹਿੰਦੇ ਰਹੇ ਹਾਂ ਸ਼ੁਰੂ ਤੋਂ ਕਿ ਕਿਸਾਨ ਅੰਦੋਲਨ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਆ ਉੱਥੇ ਕਰੋਨਾ ਨਹੀਂ ਆਉਂਦਾ ਉੱਥੇ ਕਿਸੇ ਨੂੰ ਕਿਉਂ ਨਹੀਂ ਕੁਛ ਕਹਿੰਦਾ ਪਰ ਪਿੰਡਾਂ ਦੇ ਕਰੋਨਾ ਦੀ ਗੱਲ ਕਰੀਏ ਤਾਂ ਇਹ ਗੱਲ ਹੀ ਸਾਹਮਣੇ ਆਈ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਵੀ ਕਿਸਾਨਾਂ ਨੂੰ ਮਾੜਾ ਮੋਟਾ ਬੁਖਾਰ ਹੁੰਦਾ ਉਹਨਾਂ ਨੂੰ ਪਿੰਡ ਭੇਜ ਦਿੱਤਾ ਜਾਂਦਾ ਔਰ ਇਹ ਚੀਜ਼ ਮਤਲਬ ਬਿਲਕੁਲ ਤੈਅ ਆ ਪਹਿਲਾਂ ਇਹ ਖਬਰ ਸਾਨੂੰ ਸੁਣ ਨਹੀਂ ਮਿਲਦੀ ਪਹਿਲਾਂ ਹੁੰਦੀ ਸੀ ਹਫ਼ਤੇ ਦੋ ਹਫ਼ਤੇ ਬਾਅਦ ਕਿਤੇ ਇੱਕ ਖਬਰ ਆ ਗਈ ਵੀ ਅੰਦੋਲਨ ਤੋਂ ਕਿਸਾਨ ਆਇਆ ਅਤੇ ਉਹਦੀ ਡੈਥ ਹੋ ਗਈ
ਅੰਦੋਲਨ ਤੇ ਅਸੀਂ ਕਿਸੇ ਕੁਝ ਹੋਈਆਂ ਡੈਥਾਂ ਉੱਥੇ ਵੀ ਪਰ ਇਸ ਤਰ੍ਹਾਂ ਦੀ ਡੈਥ ਨਹੀਂ ਸੁਣਦੇ ਸੀ। ਫਿਰ ਇਹ ਕਿਹਾ ਜਾਂਦਾ ਜਿਹੜੇ ਸਿਆਣੇ ਲੋਕ ਨੇ ਉਹ ਕਹਿੰਦੇ ਨੇ ਵੀ ਜਿਹੜੇ ਅੰਦੋਲਨ ਤੋਂ ਕਿਸਾਨਾਂ ਨੂੰ ਵਾਪਸ ਭੇਜਦੇ ਨੇ ਉਹ ਜਿਹਨੂੰ ਮਾੜਾ ਮੋਟਾ ਬੁਖਾਰ ਬਖੂਰ ਹੁੰਦਾ ਉਹਨੂੰ ਵਾਪਸ ਭੇਜਦੇ ਨੇ ਭਾਈ ਪਿੰਡ ਜਾ ਕੇ ਆਰਾਮ ਕਰੋ, ਅਤੇ ਪਤਾ ਲੱਗਦਾ ਵੀ ਉਹਨਾਂ ਨੂੰ ਕਰੋਨਾ ਹੁੰਦਾ ਹੈ ਔਰ ਦੂਏ ਤੀਏ ਦਿਨ ਉਹਨਾਂ ਦੀ ਡੈਥ ਹੋ ਜਾਂਦੀ ਹੈ। ਇਹ ਹੁਣ ਰੋਜ਼ ਦੇ ਕਈ ਕੇਸ ਆ ਰਹੇ ਨੇ ਅੰਦੋਲਨ ਤੋਂ ਜਿਹੜੇ ਆ ਰਹੇ ਨੇ, ਸੋ ਇਹ ਤੋਂ ਇਹ ਲੱਗਦਾ ਕਿ ਆਸ ਅਰਾਈਆਂ ਹੀ ਨੇ ਔਰ ਸਹੀ ਵੀ ਹੋ ਸਕਦੀਆਂ ਨੇ ਵੀ ਪਿੰਡਾਂ ਦੇ ਵਿੱਚ ਕਰੋਨਾ ਆਉਣ ਦਾ ਕਾਰਨ ਜਿਹੜਾ ਇਹ ਹੋ ਸਕਦਾ ਕਿ ਆਪਣਾ ਜਿਹੜਾ ਕਿਸਾਨ ਆਉਂਦੇ ਨੇ ਉਹ ਕਰੋਨਾ ਦੀ ਲਪੇਟ ਦੇ ਵਿੱਚ ਹੋਣ। ਪਰ ਉੱਦਾਂ ਗੱਲ ਕਰੀਏ ਤਾਂ 328,000 ਕੇਸ ਅੱਜ ਭਾਰਤ ਦੇ ਵਿੱਚ ਜਿਹੜੇ ਨਵੇਂ ਆਏ ਸੀਗੇ ਔਰ ਨਾਲ ਦੀ ਨਾਲ ਡੈਥ ਜਿਹੜੀਆਂ ਨੇ ਉਹ ਭਾਰਤ ਦੀਆਂ 19,000 ਦੇ ਕਰੀਬ ਹੀ ਚੱਲ ਰਹੀਆਂ ਨੇ। ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਕਾਫੀ ਥੋੜ੍ਹਾ ਜਿਹਾ ਸੁਖਾਵਾਂ ਮਾਹੌਲ ਅਸੀਂ ਕਹਿ ਸਕਦੇ ਹਾਂ, ਕੇਸਾਂ ਦੀ ਗਿਣਤੀ ਕਾਫੀ ਘੱਟ ਗਈ ਹੈ ਅਤੇ ਮਾਸਕ ਵੀ ਉਹਨਾਂ ਨੇ ਰਿਕੁਆਇਰਮੈਂਟ ਜਿਹੜੀ ਹੈ CDC ਨੇ ਉਹ ਖਤਮ ਕਰ ਦਿੱਤੀ ਹੈ। ਵੈਸੇ ਫਿਰ ਵੀ ਇਹ ਉਹਨਾਂ ਨੇ ਵੀ ਕਿਹਾ ਅਤੇ ਇਹ ਮੈਂ ਵੀ ਕਹਿੰਦਾ ਅਤੇ ਮੈਂ ਇਹ ਕਰਦਾ ਵੀ ਹਾਂ। ਚਲੋ ਇਕੱਲੇ ਤੋਂ ਇਕੱਲੇ ਕਿਸੇ ਪਰਿਵਾਰ ਦੇ ਵਿੱਚ ਜਾਣਾ ਅਤੇ ਉਹਨਾਂ ਦੀ ਵੈਕਸੀਨ ਲੱਗੀ ਆ ਅਤੇ ਤੁਹਾਡੇ ਵੀ ਲੱਗੀ ਹੈ ਅਤੇ ਉੱਥੇ ਘਰ ਦੇ 2-4 ਜੀ ਹੈਗੇ ਤਾਂ ਚਲੋ ਕੋਈ ਗੱਲ ਨਹੀਂ, ਪਤਾ ਜਿਹਨੂੰ ਜਾਣਦੇ ਅਸੀਂ, ਜਿਹਨੂੰ ਨਹੀਂ ਜਾਣਦੇ ਜਿੱਥੇ ਨਹੀਂ ਜਾਣਦੇ ਅਤੇ ਉੱਥੇ 5-4 ਬੰਦੇ ਵੀ ਹੈਗੇ ਜੇ 10 ਬੰਦੇ ਵੀ ਹੈਗੇ ਜੇ ਤੁਸੀਂ ਉਹਨਾਂ 'ਚੋਂ ਨਹੀਂ ਜਾਣਦੇ ਉਹਨਾਂ ਨੂੰ ਕਿਸੇ ਨੂੰ ਤਾਂ ਉੱਥੇ ਸਾਨੂੰ ਮਾਸਕ ਮੇਰੇ ਖਿਆਲ ਪਾ ਕੇ ਰੱਖਣਾ ਚਾਹੀਦਾ। ਸੋ ਇਹ ਕਰੋਨਾ ਦੀ ਗੱਲ ਸੀ। ਬਾਕੀ ਹੁਣ ਪੋਲੀਟਿਕਸ ਜਿਹੜੀ ਹੈ ਉਹ ਬੜੀ ਸਰਗਰਮ ਹੋਈ ਜਾਂਦੀ ਹੈ ਭਾਰਤ ਦੇ ਵਿੱਚ। ਪੰਜਾਬ ਦੀ ਗੱਲ ਕਰਦੇ ਹਾਂ, 2022 ਦੀਆਂ ਇਲੈਕਸ਼ਨਾਂ ਆਉਣ ਵਾਲੀਆਂ ਨੇ ਅਤੇ ਕੋਈ ਨਾ ਕੋਈ ਧਮਾਕਾ ਵੀ ਆਉਣ ਵਾਲੇ ਦਿਨਾਂ ਸਾਨੂੰ ਦੇਖਣ ਸੁਣਨ ਨੂੰ ਮਿਲ ਸਕਦਾ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਚਲੋ ਹੁਣ ਆਪਾਂ ਥੋੜ੍ਹਾ ਜਿਹਾ ਇਹ ਸਾਰਾ ਕੁਝ ਕਹਿੰਦੇ ਵੀ ਸਿਆਣੇ ਕਹਿੰਦੇ ਵੀ ਜ਼ਿੰਦਗੀ ਦੇ ਨਾਲ ਨਾਲ ਚੱਲਦਾ ਰਹਿੰਦਾ, ਅਤੇ ਰਾਜ ਕਪੂਰ ਦੀ ਇੱਕ ਫਿਲਮ ਸੀਗੀ ਮੇਰਾ ਨਾਮ ਜੋਬ ਕਰਤੇ, ਉਹਦੇ 'ਚੋਂ ਕਹਿੰਦੇ ਸੀ ਵੀ ਸ਼ੋਅ ਮਸਟ ਗੋ ਔਨ। ਇਹ ਵੀ ਗੱਲ ਮੈਂ ਕਈ ਵਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਖਾਸ ਤੌਰ 'ਤੇ ਕਲਾਕਾਰਾਂ ਦੀ ਗੱਲ ਕਰੀਦੀ ਹੈ ਵੀ ਕਿ ਸ਼ੋਅ ਮਸਟ ਗੋ ਔਨ ਤੋਂ ਭਾਵ ਇਹ ਹੈ ਵੀ ਕਲਾਕਾਰਾਂ ਦੇ ਨਾਲ ਕੋਈ ਨਾ ਕੋਈ ਬਹੁਤ ਵੱਡੀ ਟ੍ਰੈਜਡੀ ਹੋਈ ਹੁੰਦੀ ਹੈ ਅਤੇ ਉਹਨਾਂ ਨੂੰ ਫਿਰ ਵੀ ਕੰਮ 'ਤੇ ਜਾਣਾ ਪੈਂਦਾ, ਸ਼ੋਅ ਕਰਨਾ ਪੈਂਦਾ। ਮੇਰੇ ਨਾਲ ਖੁਦ ਵੀ ਬਹੁਤ ਵੱਡੀ ਟ੍ਰੈਜਡੀ ਹੋਈ ਸੀ ਅਤੇ ਉਦੋਂ ਅਗਲੇ ਦਿਨ ਹੀ ਮੈਨੂੰ ਕਮੇਡੀ ਸ਼ੋਅ ਕਰਨਾ ਪਿਆ ਸੀ। ਜਿੱਦਣ ਮੈਨੂੰ ਉਸ ਵੱਡੀ ਟ੍ਰੈਜਡੀ ਦਾ ਪਤਾ ਲੱਗਿਆ ਸੀ ਉਦਣ ਵੀ ਮੈਂ 2 ਕਮੇਡੀ ਸ਼ੋਅ ਕੀਤੇ ਭਗਵੰਤ ਮਾਨ ਹੋਣਾ ਨਾ, ਅਤੇ ਜਿੱਦਣ ਫਿਰ ਉਦੋਂ ਬਾਅਦ ਵੀ ਮਤਲਬ ਇੱਕ ਸ਼ੋਅ ਅਸੀਂ ਕਮੇਡੀ ਦਾ ਕੀਤਾ। ਗੁਰਦਾਸ ਮਾਨ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਸੀਗੀ ਅਤੇ ਉਹ ਟੋਰਾਂਟੋ ਦੇ ਵਿੱਚ ਆਏ ਸੀਗੇ, ਸ਼ੋਅ ਬੁੱਕ ਸੀਗੇ ਅਤੇ ਉੱਧਰੋਂ ਉਹਨਾਂ ਦੇ ਫਾਦਰ ਸਾਹਿਬ ਦਾ ਭੋਗ ਪੈ ਰਿਹਾ ਸੀਗਾ ਇੰਡੀਆ ਦੇ ਵਿੱਚ, ਅਤੇ ਉੱਧਰੋਂ ਇਹ ਮਤਲਬ ਇੰਡੀਆ ਮੋਰਨਿੰਗ ਸੀਗੀ ਤਾਂ ਇੱਧਰ ਸ਼ਾਮ ਸੀਗੀ, ਸ਼ਾਮ ਨੂੰ ਸ਼ੋਅ ਟੋਰਾਂਟੋ ਦੇ ਵਿੱਚ ਉਹਨਾਂ ਨੇ ਕੀਤਾ ਸੀ, ਕਰਨਾ ਪਿਆ ਸੀ। ਸਾਡੇ ਇੱਕ ਚੰਡੀਗੜ੍ਹ ਦੇ ਵਿੱਚੋਂ ਜਦੋਂ ਥੀਏਟਰ ਕਰਦੇ ਰਹੇ ਅਸੀਂ, ਹੋਰ ਇਦੋਂ ਵੀ ਵੱਡੀ ਗੱਲ ਇੱਕ ਮੈਂ ਦੱਸ ਦਿੰਦਾ, ਥੀਏਟਰ ਡਰਾਮਾ ਜਦੋਂ ਕੋਈ ਕਰਦੇ ਹਾਂ ਉਹਦੇ 'ਚ ਕਲਾਕਾਰ ਸਾਰੇ ਹੁੰਦੇ ਤਾਂ ਪਹਿਲਾਂ ਮਹੀਨਾ 1.5 ਮਹੀਨਾ ਰਿਹਰਸਲਾਂ ਕਰਨੀਆਂ ਪੈਂਦੀਆਂ ਤਾਂ ਫਿਰ ਉਦੋਂ ਬਾਅਦ ਜਾ ਕੇ ਪਲੇ ਕਰੀਦਾ, ਅਤੇ ਪਲੇ ਸੀਗਾ ਸਟੇਜ 'ਤੇ ਜਿਸ ਦਿਨ, ਅਤੇ ਉਸੇ ਦਿਨ ਦਿਨੇ ਇੱਕ ਮੁੰਡਾ ਐਕਟਰ ਸੀ ਸਾਡੇ ਨਵਰੰਗ ਗਰੇਵਾਲ, ਸਵੇਰੇ ਉਹਦੇ ਫਾਦਰ ਦੀ ਡੈਥ ਹੋ ਗਈ ਜਿਸ ਦਿਨ ਰਾਤ ਨੂੰ ਪਲੇ ਸੀ। ਰਾਤ ਨੂੰ ਉਹਨੇ ਪਲੇ ਕੀਤਾ, ਫਾਦਰ ਦੀ ਡੈਡ ਬੋਡੀ ਘਰ ਪਈ ਹੈ ਅਤੇ ਅਗਲੇ ਦਿਨ ਸੰਸਕਾਰ ਸੀਗਾ। ਇਹ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ, ਕਹਿਣ ਤੋਂ ਭਾਵ ਇਹ ਹੈ ਵੀ ਸਾਰੀਆਂ ਚੀਜ਼ਾਂ ਨਾਲ ਨਾਲ ਪੈਰਲ ਸਾਨੂੰ ਚਲਾਉਣੀਆਂ ਪੈਂਦੀਆਂ। ਥੋੜ੍ਹਾ ਜਿਹਾ ਮਾਹੌਲ ਨੂੰ ਚੇਂਜ ਕਰਦੇ ਹਾਂ, ਥੋੜ੍ਹਾ ਜਿਹਾ ਜ਼ਿਆਦਾ ਹੀ ਡੂੰਘਾ ਹੋ ਗਿਆ ਸੀ ਕੰਮ, ਮਾਹੌਲ ਨੂੰ ਚੇਂਜ ਕਰਦੇ ਜੀ ਫੇਸਬੁੱਕ ਡਾਕੀਆ ਲੈ ਕੇ ਆਉਂਦੇ। ਮਤਲਬ ਸਭ ਤੋਂ ਵਧੀਆ ਤਰੀਕਾ ਇਹ ਹੈ ਵੀ ਕਈ ਵਾਰੀ ਮੈਂ ਵੀ ਗੱਲਾਂ ਉਨੀਆਂ ਵਧੀਆ ਨਹੀਂ ਕਰਦਾ ਜਾਂ ਉੱਦਾਂ ਦੇ ਕੁਝ ਨਹੀਂ ਹੁੰਦਾ ਕੋਈ ਜੋਕ ਵਗੈਰਾ, ਅਤੇ ਫੇਸਬੁੱਕ ਡਾਕੀਆ ਜਿਹੜਾ ਉਹਦੇ 'ਚ ਬੜਾ ਕੁਛ ਹੁੰਦਾ, ਹੁੰਦੀਆਂ ਤਾਂ ਕਹਿਣ ਨੂੰ ਫੋਟੋਆਂ ਹੀ ਨੇ ਛੋਟੀਆਂ ਛੋਟੀਆਂ, ਪਰ ਉਹਦੇ 'ਚ ਜਦੋਂ ਸਾਨੂੰ ਦੇਖਦੇ ਹਾਂ ਸੁਣਦੇ ਹਾਂ ਤਾਂ ਉਹ ਬੜਾ ਵਧੀਆ ਆਨੰਦ ਆਉਂਦਾ। ਸੋ ਫੇਸਬੁੱਕ ਡਾਕੀਏ ਵੱਲ ਚੱਲਦੇ ਹਾਂ, ਪਹਿਲਾਂ ਫੋਟੋਆਂ ਤੁਹਾਡੇ ਨਾਲ ਕੁਝ ਸਾਂਝੀਆਂ ਕਰਦੇ ਹਾਂ। ਫੋਟੋਆਂ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੀ ਕਹਿ ਲਓ ਜਾਂ ਭਾਰਤ ਦੀ ਕਹਿ ਲਓ ਪਿਛਲੇ ਸਮੇਂ ਦੀ ਤਸਵੀਰ ਬਿਆਨ ਕਰਦੀਆਂ ਫੋਟੋਆਂ ਸਾਨੂੰ ਮਿਲੀਆਂ ਨੇ। ਪਿਆਜ਼ ਬਹੁਤ ਮਹਿੰਗੇ ਹੋ ਗਏ ਸੀ ਪਿੱਛੇ ਜੇ, ਪਤਾ ਪਿਆਜ਼ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਸੀਗੇ, ਪਿਆਜ਼ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ। ਪਹਿਲੀ ਵਾਰ ਨਹੀਂ ਹੋਇਆ, ਬਹੁਤ ਵਾਰੀ ਇੱਦਾਂ ਹੋਇਆ ਕਿ ਪਿਆਜ਼ ਜਿਹੜੇ ਨੇ ਸੇਬਾਂ ਨਾਲੋਂ ਸਸਤੇ, ਸੇਬਾਂ ਨਾਲੋਂ ਮਹਿੰਗੇ ਹੋ ਗਏ, ਸੇਬ ਸਸਤੇ ਅਤੇ ਪਿਆਜ਼ ਮਹਿੰਗੇ, ਅਤੇ ਉਦੋਂ ਫਿਰ ਸਲਾਦ ਦੇ ਵਿੱਚ ਵੀ ਲੋਕ ਸੇਬ ਹੀ ਰੱਖਣ ਲੱਗ ਪਏ ਸੀਗੇ। ਇਹ ਵੀ ਉਸ ਕਿਸਮ ਦੀ ਤਸਵੀਰ ਹੈਗੀ ਹੈ ਜੀ। ਫਿਰ ਸਕੀਮਾਂ ਲੋਕਾਂ ਨੇ ਇਹ ਕੱਢੀਆਂ ਵੀ ਲੋਕਾਂ ਨੂੰ ਕਿਵੇਂ ਆਪਣੇ ਆਪ ਵੱਲ ਅਟਰੈਕਟ ਕਰੀਏ, ਅਤੇ ਮੋਬਾਈਲ ਫੋਨ ਦੀ ਦੁਕਾਨ ਵਾਲੇ ਨੇ ਫਿਰ ਕੀ ਕੀਤਾ ਜੀ, ਨਾਲ ਪਿਆਜ਼ਾਂ ਦੇ ਆਪਣੇ ਫੋਨ ਕੋਈ ਜੇਕਰ ਲੈਂਦਾ ਤਾਂ ਨਾਲ ਨੂੰ 5 ਕਿਲੋ ਗੰਢੇ ਫ੍ਰੀ ਨਾਲ ਰੱਖ ਦਿੱਤੇ। ਦੇਖਿਆ ਜਾਵੇ ਤਾਂ 5 ਕਿਲੋ ਗੰਢੇ ਜੇ ਉਦੋਂ 100 ਰੁਪਏ ਕਿਲੋ ਵੀ ਹੋਏ ਤਾਂ 500 ਦੇ ਗੰਢੇ ਹੀ ਆ ਗਏ, ਅਗਲਾ ਸੋਚਦਾ ਵੀ ਚੱਲ ਮੋਬਾਈਲ ਜੇ 10-20 ਹਜ਼ਾਰ ਦਾ ਹੈਗਾ, 20 ਹਜ਼ਾਰ ਦਾ ਹੁਣ ਕਿਹੜਾ ਆਉਂਦਾ ਹੁਣ ਅੱਜ ਕੱਲ੍ਹ ਵੀ 40-50। ਆਪਾਂ ਵੈਸੇ ਵੀ ਸਾਡੀ ਫਿਤਰਤ ਹੈਗੀ ਹੈ ਵੀ ਅਸੀਂ ਫ੍ਰੀ ਦੇ ਲਾਲਚ ਨੂੰ ਤਾਂ ਪੈਸਾ ਜ਼ਿਆਦਾ ਵੀ ਖਰਚ ਦਿੰਦੇ ਹਾਂ। ਸੇਲਾਂ ਦੇ ਵਿੱਚ ਕਹਿੰਦੇ ਵੀ ਇੱਕ ਨਾ ਇੱਕ ਲਓ 2 ਨਾਲ ਫ੍ਰੀ,
ਸਾਨੂੰ ਪਤਾ ਵੀ ਸਾਡੇ ਇੱਕੋ ਹੀ ਕੰਮ ਆਉਣਾ ਹੈ ਤਾਂ ਵੀ ਦੋ ਨਾਲ ਫ੍ਰੀ ਲੈ ਲੈਂਦੇ ਸੋ ਇਹ 500-400 ਦਾ ਲਾਲਚ ਦੇ ਕੇ ਉਹਨਾਂ ਨੇ ਮੇਰੇ ਖਿਆਲ ਕਾਫੀ ਫੋਨ ਜਿਹੜੇ ਉਹ ਵੇਚ ਲਏ ਹੋਣੇ ਆ ਫ੍ਰੀ ਦੀ ਚੀਜ਼ ਤਾਂ ਵੈਸੇ ਕਹਿੰਦੇ ਸਰ ਆਪਣੀ ਫਿਤਰਤ ਹੈਗੀ ਸਾਡੀ ਇੱਕ ਫ੍ਰੀ ਦੀ ਤਾਂ ਚਾਹੇ ਕਹਿੰਦੇ ਫ੍ਰੀ ਦਾ ਸ਼ੇਅਰ ਵੀ ਮਿਲਦਾ ਹੋਵੇ ਕਿਤੇ ਅਤੇ ਉਹਨੂੰ ਵੀ ਘਰ ਲੈ ਆਉਂਦੇ ਹਾਂ ਵੀ ਚਾਹੇ ਘਰ ਆ ਕੇ ਸਾਰੇ ਟੱਬਰ ਨੂੰ ਖਾ ਜਾਏ ਉਹ ਚਲੋ ਅਗਲੀ ਫੋਟੋ ਵੱਲ ਚੱਲਦੇ ਹਾਂ ਜੀ ਅਗਲੀ ਫੋਟੋ ਅਗਰ ਅਕਸਰ ਅਸੀਂ ਕਾਫੀ ਹੇਅਰ ਸਟਾਈਲ ਤੁਹਾਨੂੰ ਦਿਖਾਈ ਦੇ ਆ ਵੱਖ ਵੱਖ ਤਰ੍ਹਾਂ ਦੇ ਕਿਸੇ ਨੇ ਗਿਟਾਰ ਬਣਾਈ ਹੁੰਦੀ ਲੇਡੀਜ਼ ਨੇ ਕਿਸੇ ਨੇ ਕੋਈ ਕਿਸੇ ਨੇ ਕੋਈ ਆਪੋ ਆਪਣਾ ਕਹਿੰਦੇ ਸ਼ੌਕ ਹੈ ਪਰ ਸ਼ੌਕ ਜੇ ਇਸ ਹੱਦ ਤੱਕ ਹੋ ਜਾਏ ਜਿਹੜਾ ਤੁਸੀਂ ਆ ਫੋਟੋ ਹੁਣ ਦੇਖੋਗੇ ਬੰਦੇ ਦਾ ਹੇਅਰ ਸਟਾਈਲ ਤਾਂ ਇਹ ਤਾਂ ਮੇਰੇ ਖਿਆਲ ਕੰਮ ਖਰਾਬ ਹੀ ਹੈ ਜੇ ਫਰੂਟਾਂ ਵਰਗਾ ਹੇਅਰ ਸਟਾਈਲ ਕੋਈ ਰੱਖਣ ਲੱਗ ਜਾਵੇ ਅਤੇ ਬੰਦੇ ਨੇ ਹੇਅਰ ਸਟਾਈਲ ਰੱਖਿਆ ਜੀ ਪਾਈਨਐਪਲ ਵਾਲਾ ਬੱਲੇ 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 ਜਮਾਂ ਹੀ ਇਸ ਉਸੇ ਤਰ੍ਹਾਂ ਦਾ ਵਾਲ ਕਟਾ ਕੇ ਅਤੇ ਉਸੇ ਤਰ੍ਹਾਂ ਦਾ ਮੁੜ ਕੇ ਰੰਗ ਵੀ ਜਮਾਂ ਸੇਮ ਕੀਤਾ ਹੁਣ ਇਹਨੂੰ ਉਦੋਂ ਹੀ ਪਤਾ ਲੱਗਣਾ ਜਦੋਂ ਕਿਸੇ 'ਚ ਪੰਜਾਬ ਦੇ ਵਿੱਚ ਹੁੰਦਾ ਉੱਥੇ ਵਾਰਾ ਗਊ ਨੇ ਮੂੰਹ ਇਹਦਾ ਜਦੋਂ ਸਿਰ ਪਾ ਲੈਣਾ ਸੀ ਮੂੰਹ ਦੇ ਵਿੱਚ ਉਦੋਂ ਹੀ ਪਤਾ ਲੱਗਣਾ ਸੀ ਜਦੋਂ ਪਾਈਨਐਪਲ ਸਮਝ ਕੇ ਖਾ ਲੈਣਾ ਸੀ ਇਹਨੂੰ ਸੋ ਖੈਰ ਸ਼ੌਕ ਆ ਜੀ ਆਪਣਾ ਬਾਹਰਲੇ ਮੁਲਕ ਦਾ ਹੈਗਾ ਔਰ ਮੈਨੂੰ ਲੱਗਦਾ ਪੀ ਵੀ ਇਹ ਪਾਈਨਐਪਲ ਹੀ ਰਿਹਾ ਨਾਲ ਅਤੇ ਬੰਦਾ ਪਰ ਵਾਕਿਆ ਹੀ ਜਮਾਂ ਸੇਮ ਹੇਅਰ ਸਟਾਈਲ ਉਹਨੇ ਬਣਾਇਆ ਹੋਇਆ ਸ਼ੌਕ ਆਪੋ ਆਪਣਾ ਅਗਲੀ ਫੋਟੋ ਵੱਲ ਚੱਲਦੇ ਹਾਂ ਜੀ ਅਸੀਂ ਕਹਿੰਦੇ ਵੀ ਰਿਸਕ ਲੈਣ ਲੱਗੇ ਦਿਖਦੇ ਨਹੀਂ ਹੈਗੇ ਅਤੇ ਰਿਸਕ ਲੈ ਲੈਂਦੇ ਹਾਂ ਅਤੇ ਕਈ ਵਾਰੀ ਬਹੁਤ ਵੱਡਾ ਪੰਗਾ ਪੈਂਦਾ ਖਾਸ ਤੌਰ 'ਤੇ ਫੋਟੋ ਫੋਟੋ ਖਿੱਚਣ ਵੇਲੇ ਕਈ ਟ੍ਰੇਨ ਦੇ ਅੱਗੇ ਖੜ ਕੇ ਫੋਟੋ ਖਿੱਚਦੇ ਨੇ ਕੋਈ ਕੁਛ ਕਰਦਾ ਕੁਛ ਕਰਦਾ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਸ਼ਰਾਬੀ ਜਿਹਾ ਬੰਦਾ ਸੀ ਕੋਈ ਮੈਂ ਦਿਖਾਉਣ ਵੀ ਲੱਗਿਆ ਮੈਂ ਕਾਹਨੂੰ ਇਹੋ ਜਿਹੇ ਬੰਦੇ ਦੀ ਵੀਡੀਓ ਦਿਖਾਉਣੀ ਤਾਂ ਸੱਪ ਨਾਲ ਉਹਨੇ ਪੰਗਾ ਲਿਆ ਤਕੜਾ ਅਤੇ ਸੱਪ ਨੂੰ ਫੜ ਕੇ ਆਪਦੀ ਕਮੀਜ਼ ਦੇ ਵਿੱਚ ਲੈ ਕੇ ਇੱਧਰ ਉੱਧਰ ਫਿਰਦਾ ਸੀਗਾ ਉਹ ਬੰਦਾ ਪਰ ਇਹ ਜਿਹੜੀ ਫੋਟੋ ਮੈਂ ਤੁਹਾਨੂੰ ਦਿਖਾ ਰਿਹਾ ਇਹ ਵਿਆਹ ਵਾਲੀ ਜਿਹੜੀ ਵੀਡੀਓ ਬਣਾਉਂਦੇ ਨੇ ਬੰਦੇ ਉਹ ਲੱਗਦਾ ਕੋਈ ਵਿਆਹ ਵਾਲੇ ਵੀਡੀਓ ਜਿੰਨੇ ਵੀ ਬਣਾਉਂਦੇ ਨੇ ਪੁੱਠੇ ਸਿੱਧੇ ਹੋ ਕੇ ਬਣਾਉਂਦੇ ਕੋਈ ਦਰਖਤ 'ਤੇ ਚੜ੍ਹ ਜਾਂਦਾ ਕੋਈ ਲੰਬਾ ਪੈ ਕੇ ਵੀਡੀਓ ਬਣਾਉਂਦਾ ਆਪੋ ਆਪਣਾ ਸਟਾਈਲ ਹੈਗਾ ਇਹਨੇ ਸੱਪ ਦੀ ਉਹ ਵੀਡੀਓ ਬਣਾ ਰਿਹਾ ਅਤੇ ਨਾਲ ਦੋ ਜਣੇ ਨੇ ਫੜਿਆ ਹੋਇਆ ਵੀ ਭਾਈ ਜੇ ਤੈਨੂੰ ਸੱਪ ਨੇ ਡੰਗ ਮਾਰਿਆ ਤਾਂ ਤੈਨੂੰ ਅਸੀਂ ਪਿੱਛੇ ਖਿੱਚ ਲਾਂਗੇ ਅਤੇ ਉਹਨੇ ਉਹਦੀ ਬੈਲਟ ਫੜੀ ਹੋਈ ਜੇ ਭਲਾ ਬੈਲਟ ਖੁੱਲ ਜਾਏ ਤਾਂ ਦੋਨੇ ਸੱਪ ਨੇ ਕੇ ਢਾ ਲੈਣੇ ਉਹ ਜਿਹੜੇ ਮੋਹਰੇ ਹੈਗੇ ਚਲ ਇਹ ਵੀ ਫੋਟੋ ਆਪਾਂ ਅਕਸਰ ਤੁਹਾਡੇ ਨਾਲ ਇੱਦਾਂ ਦੀਆਂ ਵੀ ਸਾਂਝੇ ਕਰਦੇ ਰਹੀ ਤਾਂ ਫੋਟੋਆਂ ਅਤੇ ਸੱਪ ਦੀ ਫੋਟੋ ਖਿੱਚ ਵੀਡੀਓ ਬਣਾਉਣ ਵੇਲੇ ਉਹ ਇੰਨਾ ਔਖਾ ਹੋ ਰਿਹਾ ਇੰਨਾ ਕੁਛ ਕਰ ਰਿਹਾ ਲਓ ਜੀ ਹੁਣ ਅਗਲੀ ਫੋਟੋ ਦੇ ਵਿੱਚ ਆਪਾਂ ਇਹ ਪਛਾਣਨਾ ਵੀ ਦੋਹਾਂ ਦੇ ਵਿੱਚੋਂ ਗਧਾ ਕੌਣ ਹੈ ਫੋਟੋ ਹੈਗੀ ਆ ਪਾਕਿਸਤਾਨ ਦੀ ਫੋਟੋ ਲੱਗਦੀ ਹੈ ਆਪਣੇ ਇੱਧਰਲੀ ਤਾਂ ਨਹੀਂ ਲੱਗਦੀ ਭਾਰਤੀ ਪਾਕਿਸਤਾਨ ਵਾਲੇ ਪੰਜਾਬ ਦੀ ਜਾਂ ਭਾਰਤ ਉਹਦੀ ਫੋਟੋ ਲੱਗਦੀ ਹੈ ਰੇੜੇ ਵਾਲਾ ਵਿਚਾਰਾ ਆਪਦੀ ਮਜ਼ਦੂਰੀ ਕਰਨ ਚੱਲਿਆ ਹੋਣਾ ਵੈਸੇ ਤਾਂ ਇਹਦੇ 'ਚ ਕੋਈ ਐਡੀ ਗੱਲ ਹੈ ਨਹੀਂ ਪਰ ਫੋਟੋ ਦਾ ਜਿਹੜਾ ਸਟਾਈਲ ਹੈ ਦੇਖਣ ਦਾ ਫੋਟੋ ਦਿਖਾਓ ਜੀ ਫੋਟੋ ਦੇਖੋਗੇ ਤੁਸੀਂ ਤਾਂ ਪਤਾ ਲੱਗ ਜੂਗਾ ਵੀ ਗਧੇ ਨੇ ਖੋਤੇ ਨੇ ਜਾਂ ਕਹਿ ਲਓ ਜਾਂ ਗਧੇ ਨੇ ਮਾਸਕ ਪਾਇਆ ਅਤੇ ਬੰਦੇ ਨੇ ਨਹੀਂ ਪਾਇਆ ਹੁਣ ਲਿਖਣ ਵਾਲੇ ਕੈਪਸ਼ਨ ਇਹ ਲਿਖਿਆ ਵੀ ਪਛਾਣੋ ਦੋਹਾਂ 'ਚੋਂ ਗਧਾ ਕੌਣ ਹੈ ਜਿਹਨੇ ਮਾਸਕ ਪਾਇਆ ਔਰ ਇਹ ਜਾਂ ਤਾਂ ਫੋਟੋ ਖਿੱਚਣ ਵਾਸਤੇ ਮਾਸਕ ਪਾਇਆ ਹੋਇਆ ਜਾਂ ਮੈਨੂੰ ਲੱਗਦਾ ਬਾਅਦ ਦੇ ਵਿੱਚ ਪੱਲਿਓਂ ਪਾਇਆ ਹੋਇਆ ਗਧੇ ਨੇ ਨਹੀਂ ਪਾਇਆ ਬਾਅਦ ਦੇ ਵਿੱਚ ਫੋਟੋ ਦੇ ਵਿੱਚ ਪੱਲਿਓਂ ਮਾਸਕ ਲਾਤਾ ਜਿੱਦਾਂ ਹੋ ਜਾਂਦਾ ਫੋਟੋਸ਼ਾਪ ਦੇ ਵਿੱਚ ਆ ਕੇ ਚਲੋ ਇਹ ਵੀ ਇੱਕ ਵੱਖਰੀ ਚੀਜ਼ ਤੁਹਾਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਵੀਡੀਓ ਦੀ ਗੱਲ ਕਰਦੇ ਹਾਂ ਯਾਦ ਹੋਣਾ ਤੁਹਾਨੂੰ ਭਾਰਤ ਦੇ ਵਿੱਚ ਇੱਕ ਸਮਾਂ ਸੀ ਜਦੋਂ ਦੂਰਦਰਸ਼ਨ ਇਕੱਲਾ ਹੀ ਹੁੰਦਾ ਸੀਗਾ ਅਤੇ ਹੋਰ ਚੈਨਲ ਹਜੇ ਨਹੀਂ ਸੀ ਹੁੰਦੇ ਅਤੇ ਦੂਰਦਰਸ਼ਨ 'ਤੇ ਜਿਹੜੇ ਪ੍ਰੋਗਰਾਮ ਕੋਈ ਆਉਂਦੇ ਸੀਗੇ ਖਾਸ ਤੌਰ 'ਤੇ ਐਤਵਾਰ ਨੂੰ ਸਵੇਰੇ ਤੋਂ ਉਦੋਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਸੀਗੀਆਂ ਲੋਕ ਵਿਆਹ ਵੀ ਜਿਹੜੇ ਹੈਗੇ ਨੇ ਉਹ ਵੀ ਉਹ ਪ੍ਰੋਗਰਾਮ ਦੇਖ ਕੇ ਮੇਰੇ ਖਿਆਲ 9 ਵਜੇ ਆਉਂਦੇ ਹੁੰਦੇ ਸੀ ਤਕਰੀਬਨ ਮੇਨ ਪ੍ਰੋਗਰਾਮ ਅਤੇ ਫਿਰ ਅੱਗੇ ਜਾਂਦੇ ਸੀਗੇ ਹੁਣ ਤਾਂ ਖੈਰ ਸਮਾਂ ਚੇਂਜ ਹੋ ਗਿਆ ਕਿਸੇ ਕੋਲ ਟਾਈਮ ਨਹੀਂ ਹੈ 1.25 ਘੰਟਾ ਇਸ ਗੱਲ ਨੂੰ ਦੇਖਣ ਨੂੰ ਲੱਗ ਜਾਂਦਾ ਵੀ ਸਾਰੇ ਚੈਨਲ ਸਹੀ ਚੱਲਦੇ ਨੇ ਅੱਗੇ ਪਿੱਛੇ ਕਰ ਕਰਕੇ ਉਸ ਸਮੇਂ ਇੱਕ ਸੀਰੀਅਲ ਆਉਂਦਾ ਸੀ ਸ਼ਕਤੀਮਾਨ ਸ਼ਕਤੀਮਾਨ ਸੀਰੀਅਲ ਬਹੁਤ ਮਸ਼ਹੂਰ ਸੀ ਪਰ ਉਸ ਸੀਰੀਅਲ ਨੇ ਬਹੁਤ ਬੈਡ ਐਕਸਪੀਰੀਅੰਸ ਵੀ ਰਿਹਾ ਲੋਕਾਂ ਦਾ ਕਿਉਂਕਿ ਉਹ ਘੁੰਮ ਕੇ ਐਂ ਜਾਂਦਾ ਸੀਗਾ ਉਹ ਤਾਂ ਚਲੋ ਉਹਨੇ ਕੈਮਰੇ ਨਾਲ ਇਫੈਕਟ ਬਣਾਏ ਹੁੰਦੇ ਸੀ ਵੀ ਘੁੰਮ ਕੇ ਜਾਣਾ ਤਾਂ ਉਹਨੇ ਆਪਣਾ ਉਹਨਾਂ ਨੇ ਆਪਣੇ ਕੋਲ ਚੰਗੀ ਕੋਸ਼ਿਸ਼ ਕੀਤੀ ਸੀ ਵੀ ਲੋਕਾਂ ਦੇ ਕੰਮ ਜਿਹੜੇ ਹੈਗੇ ਨੇ ਕੋਈ ਦੁਖੀ ਹੈਗਾ ਉਹਦਾ ਜਾ ਕੇ ਉਹ ਕੰਮ ਠੀਕ ਕਰਦਾ ਸੀਗਾ ਸ਼ਕਤੀਮਾਨ ਜਿਹੜਾ ਮੁਕੇਸ਼ ਖੰਨਾ ਨੇ ਉਹਦੇ 'ਚ ਰੋਲ ਕੀਤਾ ਸੀਗਾ ਅਤੇ ਪਰ ਸਾਡੇ ਪੰਜਾਬ ਦੇ ਜਿਹੜਾ ਸ਼ਕਤੀਮਾਨ ਆ ਉਹ ਵੱਖਰੇ ਸ਼ਕਤੀਮਾਨ ਆ ਉਹ ਸ਼ਕਤੀਮਾਨ ਜਿਹੜਾ ਉਦੋਂ ਸੀਗਾ ਉਹ ਬਿਲਕੁਲ ਪਿੱਛੇ ਰਹਿ ਗਿਆ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਬੈਡ ਐਕਸਪੀਰੀਅੰਸ ਸੀ ਉਹ ਵੀ ਮੈਨੂੰ ਹੁਣ ਭੁੱਲ ਪਿੱਛੇ ਰਹਿ ਗਈ ਸੀ ਉਹ ਇਸ ਵੀ ਬੱਚੇ ਉਹਦੇ ਵਾਂਗ ਕਰਨ ਲੱਗ ਪਏ ਸੀਗੇ ਸਾਡੇ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਬੱਚੇ ਨੇ ਉਹਦੇ ਵਾਂਗੂ ਇਹ ਘੁੰਮਣ ਦੀ ਕੋਸ਼ਿਸ਼ ਕੀਤੀ ਰੱਸਾ ਜਿਹਾ ਪਾ ਕੇ ਅਤੇ ਉਹਦੀ ਵਿਚਾਰੇ ਦੀ ਡੈਥ ਹੋ ਗਈ ਸੀ 12-13 ਸਾਲ ਦਾ ਮੁੰਡਾ ਸੀਗਾ ਉਹ ਅਤੇ ਇਹ ਬੈਡ ਐਕਸਪੀਰੀਅੰਸ ਵੀ ਕਾਫੀ ਰਿਹਾ ਸ਼ਕਤੀਮਾਨ ਦਾ ਪਰ ਪੰਜਾਬ ਵਾਲਾ ਜਿਹੜਾ ਸ਼ਕਤੀਮਾਨ ਆ ਇਹ ਦੇਖ ਕੇ ਜ਼ਰੂਰ ਤੁਸੀਂ ਹੱਸੋਗੇ ਅਤੇ ਮੇਰੇ ਖਿਆਲ ਥੋੜ੍ਹਾ ਬਹੁਤ ਲਾਹਨਤਾਂ ਵੀ ਪਾਓਗੇ ਵੀ ਥੋੜ੍ਹੀ ਬਹੁਤ ਅਕਲ ਕਰੋ ਵੀ ਕਿੱਡਾ ਕੋਈ ਵੀ ਵੱਡਾ ਐਕਸੀਡੈਂਟ ਹੋ ਸਕਦਾ ਇਹ ਸ਼ਕਤੀਮਾਨ ਕਮਾਲ ਦਾ ਸ਼ਕਤੀਮਾਨ ਆ ਜੀ ਇਹ ਛੋਟੀ ਜਿਹੀ ਵੀਡੀਓ ਹੈਗੀ ਆ ਦੇਖੋ ਫਿਰ ਕਰਦੇ ਹਾਂ ਅਗਲੀ ਗੱਲ
ਵਾਕਿਆ ਸ਼ਕਤੀਮਾਨ ਦੀ ਰੇਲ ਬਣਾਈ ਪਈ ਸੀ, ਇਹੋ ਸ਼ਕਤੀਮਾਨ ਇਹੋ ਜਿਹਾ ਕੰਮ ਕਿੱਥੋਂ ਕਰ ਸਕਦਾ। ਔਰ ਸ਼ੁਰੂ ਦੇ ਵਿੱਚ ਵੀਡੀਓ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਪੰਜਵਾਂ ਬੰਦਾ ਤੇ ਉਹ ਸੋਚਦਾ ਵੀ ਮੈਂ ਹੁਣ ਕਿੱਥੇ ਬੈਠੂੰ, ਇਹ ਤਾਂ ਮਰ ਰਿਹਾ ਪੂਰਾ ਮੋਟ ਸਕਦੇ ਇਹਨਾਂ ਨੇ। ਪਰ ਇਹ ਵੀ ਇੱਕ ਇਹ ਵੀ ਇਟ ਹੈਪਨਸ ਆਲ ਇਨ ਇੰਡੀਆ, ਮੇਰੇ ਖਿਆਲ ਭਾਰਤ ਦੇ ਵਿੱਚ ਹੀ ਇਹੋ ਜਿਹੇ ਕੰਮ ਹੁੰਦੇ ਨੇ, ਬਾਹਰਲੇ ਮੁਲਕਾਂ ਦੇ ਵਿੱਚ ਇਹੋ ਜਿਹੇ ਕੰਮ ਦੇਖਣ ਨੂੰ ਨਹੀਂ ਮਿਲਦੇ। ਪਰ ਚਲੋ ਊਂ ਫਨ ਵਾਸਤੇ ਵੀਡੀਓ ਵਧੀਆ ਸੀ। ਹਾਜ਼ਰਾ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮੈਂ ਜਗਤਾਰ ਸਿੰਘ ਜੱਗੀ ਔਰ ਪ੍ਰੋਗਰਾਮ ਅੱਜ ਦਾ ਚੱਲ ਰਿਹਾ ਯਾਦਾਂ ਵਤਨ ਦੀਆਂ ਦੇ ਵਿੱਚ ਆਪਾਂ ਚੱਲਦੇ ਹਾਂ। ਅਸੀਂ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੀ ਦੀ ਹੈ, ਪੰਜਾਬ ਦੇ ਨਾਲ ਰਿਲੇਟਡ ਪੰਜਾਬ ਦੀਆਂ ਗੱਲਾਂ ਜਦੋਂ ਕਰੀ ਦੀਆਂ ਤਾਂ ਸਾਡੇ ਦਰਸ਼ਕ ਅੱਜ ਦਿਨ ਬਹੁਤ ਪਸੰਦ ਕਰਦੇ ਨੇ। ਖਾਸ ਤੌਰ 'ਤੇ ਕਹਿੰਦੇ ਵੀ ਸਾਨੂੰ ਕਈ ਚੀਜ਼ਾਂ ਉਹ ਚੇਤੇ ਆ ਜਾਂਦੀਆਂ ਜਿਹੜੀਆਂ ਅਸੀਂ ਸਾਨੂੰ ਭੁੱਲ ਭੁਲਾ ਚੁੱਕੇ ਹੁੰਦੇ ਹਾਂ, ਅਤੇ ਕਈ ਵਾਰ ਫਿਰ ਛੋਟੇ ਨਿਆਣੇ ਵੀ ਉਹਨਾਂ ਬਾਰੇ ਪੁੱਛ ਲੈਂਦੇ ਵੀ ਇਹ ਕੀ ਚੀਜ਼ ਸੀ। ਪਿੱਛੇ ਜੇ ਮੈਂ ਦੋ ਚਾਰ ਨਾਮ ਜਿਹੜੇ ਨੇ ਪੁਰਾਣੇ ਜਿਹੜੇ ਅਸੀਂ ਭੁੱਲ ਭੁਲਾ ਗਏ ਹਾਂ ਜਾਂ ਚੀਜ਼ਾਂ ਵੀ ਭੁੱਲ ਭੁਲਾ ਗਏ ਹਾਂ, ਅੱਜ ਕੱਲ੍ਹ ਉਹ ਹੈ ਹੀ ਨਹੀਂ ਆ, ਉਹ ਮੈਂ ਕੋਸ਼ਿਸ਼ ਕੀਤੀ ਤੁਹਾਡੇ ਨਾਲ ਸਾਂਝਾ ਕਰਨ ਦੀ। ਅਤੇ ਉਦੋਂ ਬਾਅਦ ਫਿਰ ਕਾਫੀ ਲੋਕਾਂ ਨੇ ਕਿਹਾ ਵੀ ਉਹ ਇੱਦਾਂ ਦਾ ਪ੍ਰੋਗਰਾਮ ਕਰਦੇ ਰਿਹਾ ਕਰੋ। ਅਸੀਂ ਵੀ ਜਦੋਂ ਘਰੇ ਬੈਠੇ ਹੁੰਦੇ ਆਪਸ ਦੇ ਵਿੱਚ ਫਿਰ ਗੱਲ ਕਰਕੇ ਜ਼ਿਕਰ ਕਰਕੇ ਜਿਹੜੀ ਚੀਜ਼ ਭੁੱਲ ਭੁਲਾ ਗਏ ਹੁੰਦੇ, ਫਿਰ ਤੂੰ ਉਦੋਂ ਯਾਦ ਕਰੀ ਦੀ ਹੈ, ਫਿਰ ਉਦੋਂ ਅਗਲੀ ਗੱਲ ਵੀ ਯਾਦ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਵੀ ਇਹ ਗੱਲ ਕੀ ਅੱਗੇ ਹੋ ਸਕਦੀ, ਕੀ ਕਹੀ ਹੋ ਸਕਦੀ ਹੈ। ਸੋ ਆ ਜਾਓ ਜੀ, ਅੱਜ ਫਿਰ ਕਰਦੇ ਹਾਂ ਆਪਾਂ ਗੱਲਾਂ ਪਤਾ ਜ਼ਿਆਦਾ। ਆਪਾਂ ਤਾਰਾਮੀਰਾ ਦੀ ਜਿਵੇਂ ਗੱਲ ਕੀਤੀ ਸੀ ਪਹਿਲਾਂ, ਰਸੌਂਤ ਕੀ ਹੁੰਦੀ ਹੈ, ਰਸੌਂਤ ਕਿਹਨੂੰ ਕਹਿੰਦੇ ਨੇ, ਇਹ ਵੀ ਕਹਿੰਦੇ ਸੀ ਬੱਚਿਆਂ ਨੂੰ ਸਾਰੇ ਪੁੱਛੋ ਵੀ ਇਸ ਜਿਹੜੇ ਲਫ਼ਜ਼ ਹੈ ਬੱਚਿਆਂ ਨੂੰ ਦੱਸਿਓ। ਰਸੌਂਤ ਕੀ ਹੁੰਦੀ ਹੈ ਜੀ, ਇਹ ਵੀ ਦੱਸਿਓ। ਲਾਣਾ, ਲਾਣਾ ਕੀ ਹੁੰਦਾ, ਪੋਲੀ, ਬੌਲੀ, ਸਲੰਘ ਅਤੇ ਸਲਾਂਬਾ, ਇਹ ਪੰਜ ਚਾਰ ਆਪਾਂ ਅੱਖਰ ਜਿਹੜੇ ਪਹਿਲਾਂ ਸ਼ੁਰੂ ਕਰਦੇ ਹਾਂ। ਉਸ ਤੋਂ ਬਾਅਦ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਨਾਲ ਸ਼ੁਰੂ ਹੋ ਜਾਏਗਾ, ਅਤੇ ਨਾਲ ਨਾਲ ਫਿਰ ਆਪਾਂ ਗੱਲਾਂ ਇਹ ਕਰਾਂਗੇ। ਗੱਲ ਕਰੀਏ ਜਿਹੜੀਆਂ ਚੀਜ਼ਾਂ ਜ਼ਿਕਰ ਕਰੀਦਾ, ਬਹੁਤ ਸਾਰੇ ਦਰਸ਼ਕਾਂ ਨੂੰ ਇਹ ਹੁੰਦਾ ਵੀ ਇਹ ਯਾਰ ਹੁਣ ਗਈਆਂ ਆਈਆਂ ਹੋ ਗਈਆਂ ਅਤੇ ਹੁਣ ਕਾਹਨੂੰ ਇਹਨਾਂ ਨੂੰ ਫੋਲ ਕੇ ਬਹਿ ਜਾਂਦੇ ਹੋ। ਪਰ ਨਹੀਂ, ਇਹ ਚੀਜ਼ਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਤਾਂ ਕਿ ਪਤਾ ਰਹੇ। ਸਮਾਂ ਅਸੀਂ ਜਦੋਂ ਸੀਗੇ, ਅਸੀਂ ਆਪਾਂ ਸੀਗੇ, ਆਪਾਂ ਨੂੰ ਇਹ ਸੀਗਾ ਜਿਹੜੇ ਮੇਰੇ ਕਰਕੇ ਹੋਣਗੇ, ਉਦੋਂ ਅੱਜ ਵਰਗਾ ਸਮਾਂ ਕਦੇ ਸੋਚਿਆ ਵੀ ਨਹੀਂ ਸੀ ਅੱਜ ਇੱਦਾਂ ਦਾ ਸਮਾਂ ਵੀ ਹੋਊਗਾ। ਅਤੇ ਹੁਣ ਬੱਚੇ ਜਿਹੜੇ ਨੇ, ਜਦੋਂ ਅੱਜ ਅਸੀਂ ਗੱਲ ਕਰਦੇ ਹਾਂ ਵੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜੀ, ਉਦੋਂ ਇਹ ਮੇਲੇ ਜਾਈਦਾ ਸੀ, ਤਾਂ ਕੋਈ ਕਹਿੰਦਾ ਜੀ ਮੈਂ ਜਵਾਨੀ ਲੈ ਕੇ ਜਾਂਦਾ ਸੀ, ਕੋਈ ਕਹਿੰਦਾ ਮਠਿਆਨੀ ਲੈ ਕੇ ਜਾਂਦਾ ਸੀਗਾ। ਅਤੇ ਉਦੋਂ ਫਿਰ ਅੱਜ ਨਿਆਣਿਆਂ ਨੂੰ ਐਂ ਲੱਗਦਾ ਵੀ ਐਵੇਂ ਉਹੀ ਗੱਪਾਂ ਮਾਰੀ ਜਾਂਦੇ, ਐਂ ਕਿਵੇਂ ਹੋ ਸਕਦਾ। ਹੁਣ ਆਉਣ ਵਾਲੇ ਜਵਾਕਾਂ ਨੂੰ ਜਦੋਂ ਅਸੀਂ ਕਹਾਂਗੇ ਵੀ ਸਾਡੇ ਵੇਲੇ ਤੇਲ 100 ਰੁਪਏ ਲੀਟਰ ਸੀਗਾ, ਹੋ ਗਿਆ, ਅਤੇ ਜਾਂ ਕੋਈ ਕਹਿੰਦਾ 5 ਰੁਪਏ ਲੀਟਰ ਸੀ, ਤਾਂ 5 ਰੁਪਏ ਲੀਟਰ ਜਦੋਂ ਅਸੀਂ ਕਹਿੰਦੇ ਤਾਂ ਅੱਜ ਵਾਲਿਆਂ ਨੂੰ ਹੈਰਾਨੀ ਹੁੰਦੀ ਹੈ ਵੀ ਹੁਣ 100 ਰੁਪਏ ਇੰਨੀ ਕਿਹੜੀ ਗੱਪ ਹੋ ਗਈ, 100 ਰੁਪਏ ਲੀਟਰ ਹੋ ਗਿਆ। ਹੁਣ ਜਿਹੜਾ ਆਉਣ ਵਾਲਾ ਸਮਾਂ ਆਊਗਾ, ਅਤੇ ਉਦੋਂ ਜਦੋਂ ਕੋਈ ਕਹੂਗਾ ਵੀ ਹੁਣ ਮੈਂ ਵੀ 500 ਲੀਟਰ ਤੇਲ ਪਵਾਇਆ, 1000 ਲੀਟਰ ਪਵਾਇਆ, ਅਤੇ ਉਹ ਲੱਗੂਗਾ ਵੀ ਨਹੀਂ 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 ਯਾਰ ਇਹ ਤਾਂ ਗਲਤ ਹੈ। ਜਾਂ ਫਿਰ ਜਦੋਂ ਆਉਣ ਵਾਲੇ ਸਮੇਂ 'ਤੇ ਹੁਣ ਰਿਕਸ਼ਿਆਂ ਨੂੰ ਪਹਿਲਾਂ ਆਪਾਂ ਜਾਈਦਾ ਸੀ ਬੱਸ ਸਟੈਂਡ ਜਾਣਾ, ਤਾਂ 5 ਰੁਪਈਏ 10 ਰੁਪਈਏ ਲੈਣੇ, ਚਲੋ ਭਾਅ ਭੂ ਕਰਕੇ, ਅਤੇ ਕਈ ਬੰਦੇ ਭਾਅ ਕਰਕੇ ਵੱਧ ਘੱਟ ਕਰ ਲੈਂਦੇ ਸੀਗੇ। ਅਤੇ ਹੁਣ ਆਉਣ ਵਾਲੇ ਸਮੇਂ ਜਦੋਂ 10-20 ਸਾਲ ਪਹਿਲਾਂ ਬਾਅਦ ਦੇ ਵਿੱਚ ਜਦੋਂ ਕਹੂਗਾ ਜੀ ਕੋਈ ਰਿਕਸ਼ੇ ਵਾਲੇ ਨੂੰ, ਰਿਕਸ਼ੇ ਨੂੰ ਜਾਣਾ ਵੀ ਬੱਸ ਸਟੈਂਡ, ਉਹ ਕਹਿੰਦਾ ਹਾਂਜੀ ਕਿੰਨੇ ਪੈਸੇ ਬਾਊ ਜੀ, 10 ਲੱਖ ਰੁਪਏ ਦੇ ਦਿਓ। ਉਹ ਕਹਿੰਦਾ 10 ਲੱਖ ਯਾਰ ਮੈਂ ਪਹਿਲਾਂ 7 ਲੱਖ ਦੇ ਗਿਆ। ਉਹ ਨਹੀਂ ਨਹੀਂ ਬਾਊ ਜੀ ਚਲੋ ਤੁਸੀਂ 8 ਲੱਖ ਦੇ ਦਿਓ, ਜੋ ਬੈਠੋ ਛੱਡ ਲਓ। ਮਤਲਬ ਕਹਿਣ ਦਾ ਸਮਾਂ ਚੇਂਜ ਹੋਈ ਜਾਂਦਾ। ਸੋ ਇਹਦੇ ਨਾਲ ਨਾਲ ਅਸੀਂ ਕੁਝ ਲਫ਼ਜ਼ ਜਿਹੜੇ ਆ ਜਿਹੜੇ ਤੁਹਾਨੂੰ ਕੁਝ ਪਤਾ ਹੋਣ, ਯਾਦ ਹੋਣ, ਤੁਸੀਂ ਵੀ ਜ਼ਰੂਰ ਸਾਂਝੇ ਕਰੋ। ਜਿਹੜੇ ਕੋਈ ਵੀ ਪੁਰਾਣੇ, ਕੋਈ ਵੀ ਪੁਰਾਣਾ ਜਿਹੜਾ ਕਿ ਸਾਡੇ ਦਰਸ਼ਕਾਂ ਨੂੰ ਪਤਾ ਨਹੀਂ ਹੋ ਸਕਦਾ। ਦੂਜੀ ਗੱਲ ਕਿ ਪੰਜਾਬ ਦੀ ਗੱਲ ਕਰ ਲਈਏ, ਤਾਂ ਪੰਜਾਬ ਦੇ ਕੁਛ ਇਲਾਕਿਆਂ ਦੇ ਵਿੱਚ ਉਸ ਚੀਜ਼ ਨੂੰ ਕੁਛ ਕਹਿੰਦੇ ਹੋ ਸਕਦੇ, ਕੁਛ ਦੇ ਵਿੱਚ ਕੁਛ ਕਹਿੰਦੇ ਹੋ ਸਕਦੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਅਸੀਂ ਸਾਰੇ ਪੰਜਾਬ ਦੀ ਗੱਲ ਕਰਨੀ, ਪੰਜਾਬੀ ਦੀ ਹੀ ਗੱਲ ਕਰਨੀ ਹੈ। ਪੰਜਾਬੀ ਦੇ ਵਿੱਚ ਕਿਸੇ ਵੀ ਇੱਕ ਇੱਕ ਚੀਜ਼ ਨੂੰ ਮੇਰੇ ਖਿਆਲ ਘੱਟੋ ਘੱਟ 10-10 ਨਾਮ ਹੈਗੇ ਨੇ ਇੱਕ ਇੱਕ ਚੀਜ਼ ਦੇ। ਅਸੀਂ ਪੁਰਾਣੀਆਂ ਚੀਜ਼ਾਂ ਦੀ ਗੱਲ ਕਰੀਏ, ਪੁਰਾਣੇ ਸੰਦਾਂ ਦੀ ਗੱਲ ਕਰ ਲਈਏ, ਪੁਰਾਣੇ ਜਿਹੜੇ ਵਰਤੋਂ ਦੇ ਵਿੱਚ ਆਉਣੇ ਚੀਜ਼ਾਂ, ਚਾਹੇ ਉਹ ਰਸੋਈ ਦੀ ਗੱਲ ਕਰ ਲਈਏ, ਚਾਹੇ ਖੇਤਾਂ ਦੀ ਗੱਲ ਕਰ ਲਈਏ, ਤਾਂ ਉਹ ਸਾਰੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹ ਵੱਖ-ਵੱਖ ਤਰੀਕੇ ਨਾਲ ਸਾਡੇ ਸਾਹਮਣੇ ਆਉਂਦੀਆਂ ਸੀ। ਕਾਲਾਂ ਸਿਲਸਿਲਾ ਆਪਾਂ ਸ਼ੁਰੂ ਕਰ ਲੈਂਦੇ ਜੀ, ਜਿਵੇਂ ਜਿਵੇਂ ਆਈ ਜਾਣਗੀਆਂ ਉਵੇਂ ਕਾਲਾਂ ਲਈ ਜਾਣਗੀਆਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮਨਜੀਤ ਸਿੰਘ ਜੀ। ਕੀ ਹਾਲ ਚਾਲ ਆ ਜੀ, ਠੀਕ ਠਾਕ ਹੋ? ਹਾਂਜੀ ਹਾਂ, ਡੀਜ਼ਲ ਤੋਂ ਚੇਤਾ ਆ ਗਿਆ, ਮੈਂ ਡੀਜ਼ਲ ਹੀ ਲੈ ਕੇ ਆਉਂਦਾ ਰਿਹਾ ਮੈਂ। ਕੀ ਚੀਜ਼ ਡੀਜ਼ਲ ਆ? ਜਦੋਂ ਪਹਿਲੀਆਂ ਡੀਜ਼ਲ ਲਿਆਉਂਦੇ ਇੰਜਣ ਆਉਂਦੇ ਨੇ ਡੀਜ਼ਲ ਵਾਲੇ, ਉਦੋਂ ਬਾਕੀ 5 ਰੁਪਈਏ ਡੀਜ਼ਲ ਆਉਂਦਾ ਸੀਗਾ। ਅੱਛਾ, ਉਦੋਂ 2 ਕੈਨੀਆਂ ਉਹ 20-20 ਇਹਨਾਂ ਲੀਟਰ ਦੀਆਂ ਭਰਾ ਕੇ ਲਿਆਈ ਸੀਗੀਆਂ। ਨਹੀਂ ਇਹ ਚੀਜ਼ ਦੇਖੋ ਜੀ, ਇਹ ਚੀਜ਼ ਮੈਂ ਕਿਹੜੇ ਸੰਨ ਦੀ ਗੱਲ ਕਰਦਾ, ਮੈਂ ਮੇਰੇ ਖਿਆਲ 80-82 ਦੀ ਗੱਲ ਕਰਦਾ। 82 ਮੈਂ ਉਦੋਂ 10-10 ਦਸਵੀਂ 'ਚ ਹੁੰਦਾ ਸੀਗਾ, ਅਤੇ ਮੇਰੇ ਭਰਾ ਕੋਲ ਤਾਏ ਦੇ ਮੁੰਡੇ ਕੋਲ ਮੋਟਰਸਾਈਕਲ ਹੁੰਦਾ, ਮੈਂ 5 ਰੁਪਏ ਦਾ ਪੈਟਰੋਲ ਪਾਇਆ ਹੋਇਆ 'ਚ। ਹਾਂਜੀ ਹਾਂਜੀ, ਮੈਂ ਮੇਰਾ ਖਿਆਲ ਉਸ ਟਾਈਮ ਦੀ ਗੱਲ ਆ, 80-82 ਦੇ ਲਾਗੇ, ਉਦੋਂ ਅਸੀਂ 2 ਕੈਨੀਆਂ ਤੋਂ ਮੇੜੀ ਤੋਂ ਭਰਵਾ ਕੇ ਲਿਆਈ ਜੀ ਅਸੀਂ।
ਤੇ ਉਹ ਡੀਜ਼ਲ ਵਾਲੇ ਇੰਜਨ ਹੁੰਦੇ ਸੀ ਨਾ ਪਹਿਲੀਆਂ ਚ ਟੂਲ ਹੈ ਨਾ। ਹਾਂਜੀ ਤੇ ਅੱਛਾ ਬੱਜੀ ਸਿੰਘ ਤੁਹਾਡੇ ਟਾਈਮ ਜ਼ੋਨ ਕੀ ਹੈ ਤੁਹਾਡੇ ਏਰੀਆ ਚ ਸੇਮ ਹੀ ਹੈ ਸਾਡੇ ਵਾਲਾ ਨਹੀਂ ਈਸਟਰਨ ਹੈ ਸਾਡੇ ਈਸਟਰਨ ਹੈ ਇੱਧਰ ਬੌਲੀ ਦਾ ਇੱਕ ਵੱਖਰਾ ਨਜ਼ਾਰਾ ਹੁੰਦਾ ਸੀਗਾ ਜੀ। ਪਹਿਲੀ ਬੌਲੀ ਖਾਸ ਤੌਰ ਤੇ ਕਹਿੰਦੇ ਹੁੰਦੇ ਸੀਗੇ ਵੀ ਉਹ ਬਾਹਰਲੇ ਲੋਕਾਂ ਨੂੰ ਨਹੀਂ ਦੇਈਦੀ, ਘਰ ਦੇ ਲੋਕ ਹੀ ਖਾਂਦੇ ਸੀ। ਆਂਢ ਗੁਆਂਢ ਨੂੰ ਪਹਿਲੀ ਬੌਲੀ ਨਹੀਂ ਸੀ ਦਿੰਦੇ। ਤੇ ਬੌਲੀ ਕਿੰਨੀ ਕੁ ਦੇਰ ਸੁਣਦੀ ਸੀ, ਕਿੰਨੇ ਕੁ ਮੇਰੇ ਖਿਆਲ ਇੱਕ ਦੋ ਚੋਆ ਹੀ ਹੁੰਦੇ ਸੀ ਬੌਲੀ ਦੇ ਕਿ ਜ਼ਿਆਦਾ ਹੁੰਦੇ ਸੀ? ਹਾਂਜੀ ਹਾਂ, ਪਹਿਲੇ ਇੱਕ ਦੋ ਚੋਆ ਹੁੰਦੇ ਸੀਗੇ ਤੇ ਬੜੀ ਸਵਾਦ ਹੁੰਦੀ ਸੀਗੀ। ਸਾਰੇ ਟੱਬਰ ਹੁੰਦਾ ਆਂਢ ਗੁਆਂਢ ਜਾਂ ਛਿਲਕੇ ਆਮ ਬੌਲੀ ਦਿੰਦੇ ਸੀ ਤੇ ਆਂਢ ਗੁਆਂਢ ਵਾਲੇ ਪੁੱਛ ਲੈਂਦੇ ਸੀ ਵੀ ਭਾਈ ਬੌਲੀ ਨਹੀਂ ਬਣਾਈ। ਬੌਲੀ ਮਤਲਬ ਉਡੀਕ ਹੁੰਦੀ ਸੀ ਕਿਉਂਕਿ ਰੋਜ਼ ਤਾਂ ਕੋਈ ਮੱਝ ਗਾਂ ਸੂੰਦੀ ਨਹੀਂ ਸੀ, ਮੱਝ ਦੀ ਹੁੰਦੀ ਸੀ ਮੇਰੇ ਖਿਆਲ ਬੌਲੀ। ਤੇ ਫਿਰ ਪੁੱਛ ਲੈਂਦੇ ਸੀ ਆਂਢ ਗੁਆਂਢ ਬੌਲੀ, ਮਤਲਬ ਦੱਸ ਦਿਓ ਦਰਸ਼ਕਾਂ ਨੂੰ ਦੱਸ ਦਿਓ ਵੀ ਜਿਹੜਾ ਪਹਿਲਾਂ ਮੱਝ ਸੂਣ ਤੋਂ ਬਾਅਦ ਜਿਹੜਾ ਦੁੱਧ ਚੋਂਦੇ ਆ ਪਹਿਲਾਂ ਉਹ ਬੌਲੀ ਹੁੰਦੀ ਹੈ ਤੇ ਉਹ ਜਦੋਂ ਉਹਨੂੰ ਗਰਮ ਕਰਦੇ ਆ ਤੇ ਉਹ ਫੁੱਟ ਜੇ ਵੱਜ ਜਾਂਦੇ ਉਹਦੇ। ਹਾਂਜੀ ਹਾਂਜੀ ਹਾਂਜੀ, ਫੁੱਟ ਜਿਹਾ ਵੱਜ ਜਾਂਦੇ ਸੀਗੇ ਉਹਦੇ ਪਹਿਲੇ ਲਵੇਲੇ, ਦੂਜਾ ਜਾਣੀ ਕਿ ਦੋ ਚਵਾਈਆਂ ਦੇ ਪਹਿਲੇ ਬੌਲੀ ਬਣਦੀ ਹੁੰਦੀ। ਇਹ ਵੀ ਇੱਕ ਅੱਜ ਕੱਲ੍ਹ ਮੇਰੇ ਖਿਆਲ ਨਿਆਣੇ ਦੁੱਧ ਨਹੀਂ ਪੀਂਦੇ, ਲੱਸੀ ਨਹੀਂ ਪੀਂਦੇ ਤੇ ਬੌਲੀ ਤਾਂ ਉਹਨਾਂ ਨੇ ਕਿੱਥੋਂ ਖਾਣੀ ਹੈ? ਹੋਊਗੀ ਦੁੱਧ ਬਣਾਉਂਦੇ ਤਾਂ ਅੱਜ ਕੱਲ੍ਹ ਵੀ ਹੋਣੇ ਆ ਆਪਣਾ ਮਨਜੀਤ ਸਿੰਘ ਜੀ। ਹਾਂਜੀ ਹਾਂਜੀ ਹਾਂਜੀ, ਹੁਣ ਤਾਂ ਇਹ ਵੀ ਹੋ ਗਿਆ ਕਈਆਂ ਨੂੰ ਹਨਾ, ਜਿਹੜਾ ਦੁੱਧ ਜਿਹੜਾ ਆ ਉਹ ਹੈ ਵੀ ਪਚਦਾ ਹੀ ਨਹੀਂ, ਇਹ ਵੀ ਚੱਕਰ ਆ। ਚੰਡੀਗੜ੍ਹ ਅਸੀਂ ਰਹਿੰਦੇ ਸੀ, ਚੰਡੀਗੜ੍ਹ ਚ ਦੁੱਧ ਹੀ ਦੁੱਧ ਪਾਉਣ ਆਉਂਦਾ ਹੁੰਦਾ ਸੀ ਤੇ ਇੱਕ ਦਿਨ ਨਿਆਣ ਲੂਜ਼ ਮੋਸ਼ਨ ਲੱਗ ਗਏ ਨਿਆਣਿਆਂ ਨੂੰ। ਚੰਡੀਗੜ੍ਹ ਵੀ ਮਤਲਬ ਬਾਹਰ ਵਾਲੇ ਕੰਮ ਹੈ ਉਹਨਾਂ ਨੂੰ ਪਤਾ ਨਹੀਂ ਨਿਆਣਿਆਂ ਨੂੰ ਕਿ ਦੁੱਧ ਕਿੱਥੋਂ ਆਉਂਦਾ ਵਾ, ਨਲਕੇ ਚੋਂ ਕੱਢੀ ਦਾ ਕਿ ਗਾਂ ਮੱਝ ਦਿੰਦੀ ਹੈ। ਉਹ ਇੱਕ ਦਿਨ ਨਿਆਣੇ ਦੀ ਤਬੀਅਤ ਖਰਾਬ ਹੋ ਗਈ ਤੇ ਉਹ ਦੋਨੇ ਉਲਾਂਭਾ ਦਿੱਤਾ ਦੋਧੀ ਨੂੰ, ਤੂੰ ਅੱਜ ਕੱਲ੍ਹ ਦੁੱਧ ਘਟੀਆ ਦੇ ਗਿਆ ਤੂੰ, ਸਾਡੇ ਨਿਆਣਿਆਂ ਦੀ ਤਬੀਅਤ ਖਰਾਬ ਹੋ ਗਈ, ਲੂਜ਼ ਮੋਸ਼ਨ ਲੱਗ ਗਿਆ। ਉਹ ਕਹਿੰਦਾ ਨਹੀਂ ਜੀ ਘਟੀਆ ਨਹੀਂ ਦੇ ਗਿਆ, ਕੱਲ੍ਹ ਮੈਂ ਗਲਤੀ ਨਾਲ ਪਾਣੀ ਨਹੀਂ ਪਾਇਆ ਸੀ ਅਜੇ। ਤਕਰੀਬਨ ਅੱਧੇ ਘੰਟੇ ਪੌਣੇ ਘੰਟੇ ਡਰਾਇਆ ਸੀ ਫਾਰਮ ਚੋਂ ਲੈ ਆਈਦਾ ਦੁੱਧ, ਜਿੱਦਾਂ ਆਪਣੇ ਉਹ ਮਿਲ ਜਾਂਦਾ ਉਹਨੂੰ A1 ਗ੍ਰੇਡ ਕਹਿੰਦੇ ਆ ਜੀ ਜੀ। ਚਲੋ ਉਹ ਰਹਿਣ ਗਾਈਆਂ ਦਾ ਦੁੱਧ। ਹਾਂਜੀ ਚਲੋ ਮਿਹਰਬਾਨੀ ਜੀ। ਉਹ ਇੱਥੇ ਸਾਡੇ ਪੁਰਾਣੇ ਆਏ, ਉਹ ਕਹਿੰਦੇ ਜੀ ਤਾਂ ਦੁੱਧ ਖਰਾਬ ਆ ਤੁਹਾਡਾ। ਅੱਛਾ, ਮੈਂ ਕਿਹਾ ਇਹ ਸਹੀ ਆ। ਸਹੀ ਹੈ, ਚਲੋ ਮਿਹਰਬਾਨੀ ਜੀ ਮਨਜੀਤ ਸਿੰਘ ਜੀ, ਬਹੁਤ ਤੁਹਾਡਾ ਧੰਨਵਾਦ ਨਾਲ ਨਾਲ ਕਰਨਾ ਸ਼ੁਰੂ ਹੋ ਗਿਆ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ 530 ਏਰੀਆ ਕੋਡ ਜੀ। ਸਤਿ ਸ਼੍ਰੀ ਅਕਾਲ ਜੀ, ਹੈਲੋ, 530 ਏਰੀਆ ਕੋਡ ਹੈ ਜੀ। ਹਾਂਜੀ ਮੈਂ ਸੋਤਾ ਬੋਲਦਾ। ਹਾਂਜੀ ਸੋਤਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਹਾਂਜੀ ਬੋਲੋ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਮਾੜਾ ਹੋਰ ਰੱਖੋ। ਹਾਂਜੀ ਸੋਤਾ ਸਾਹਿਬ, ਤੁਸੀਂ ਆਉਂਦੇ ਰਹੋ, ਦੱਸੋ ਕੀ ਕਹਿਣਾ ਚਾਹੁੰਦੇ ਹੋ ਰਸੌਂਤ ਬਾਰੇ? ਪਤਾ ਰਸੌਂਤ ਕੀ ਚੀਜ਼ ਹੁੰਦੀ ਸੀ? ਜਗਤਾਰ ਸਿੰਘ ਜੀ, ਜੀ ਜੀ ਜੀ, ਮੈਂ ਕਿਹਾ ਜਿਹੜਾ ਡੀਜ਼ਲ ਦੱਸਦੇ ਆ ਵੀ 69 ਚ 64 ਪੈਸੇ ਲੀਟਰ ਭਰਾਇਆ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਹੋਰ 5-7-10 ਸਾਲ ਤੱਕ ਕਿੰਨਾ ਕਿੱਥੇ ਕੁ ਚੱਲ ਜੂ ਰੇਟ ਜੀ? ਤੁਸੀਂ ਟੀਵੀ ਵੱਲ ਨਾ ਧਿਆਨ ਦਿਓ ਸੋਤਾ ਸਾਹਿਬ, ਗੱਲ ਕਰੀਏ ਆਪਾਂ। ਚਲੋ ਨਾਲ ਦੀ ਨਾਲ ਅਸੀਂ ਗੱਲ ਕਰੀਏ ਰਸੌਂਤ ਬਾਰੇ, ਪਤਾ ਕੀ ਹੁੰਦੀ ਸੀ ਜੀ? ਹੈਲੋ, ਕੱਟ ਗਿਆ ਜੀ ਫੋਨ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਰਾਜਕੁਮਾਰ ਜੀ, ਵਾਹ ਜੀ ਵਾਹ ਜੀ ਰਾਜਕੁਮਾਰ ਜੀ। ਹਾਂਜੀ ਵੀਰ ਜੀ, ਮੈਂ ਯਸਦੀ ਮੋਟਰਸਾਈਕਲ ਹੁੰਦਾ ਸੀ ਮੇਰੇ ਕੋਲ। ਹਾਂਜੀ, ਤੇ ਯਸਦੀ ਮੋਟਰਸਾਈਕਲ 'ਚ ਮੈਂ 1 ਰੁਪਈਆ ਤੇ 10 ਪੈਸੇ ਲੀਟਰ ਜੀ, 1 ਰੁਪਈਆ 10 ਪੈਸੇ ਲੀਟਰ ਨਾਲ ਮੈਂ ਟੈਂਕੀ ਫੁੱਲ ਕਰਾਈ 10 ਰੁਪਈਆਂ ਵਿੱਚ। ਅੱਛਾ ਜੀ, 10 ਰੁਪਈਆਂ ਜੀ, ਵਾਹ ਜੀ ਵਾਹ। ਕਿਹੜੇ ਕਿਸਾਨ ਦੀ ਗੱਲ ਹੋਊਗੀ? ਮੈਂ 83 ਦੀ ਗੱਲ ਸੀ ਉਹ, ਤੇ ਆਹੋ ਜਦੋਂ ਜੇ ਦੱਸਣਾ ਹੁਣ ਟੈਂਕੀ ਫੁੱਲ ਹੋ ਜਾਂਦੀ ਫਿਰ ਤਾਂ ਮੇਰੇ ਖਿਆਲ 5 ਰੁਪਈਏ ਦਾ ਕਾਫੀ ਤਾਂ ਪੈ ਗਿਆ ਹੁਣ। ਉਹ
ਬਸ ਅੱਧੀ ਰਿਪੇਅਰ ਜੇ ਨਵੀਂ ਦਸ ਪਾਟੀ ਨਹੀਂ ਹੋਈ ਉਹ ਨਵੀਂ ਅੱਛਾ ਮੈਂ ਗਿਆ ਸੀ ਜੀ ਹਾਂਜੀ ਆਪਣੇ ਸੋਹਣ ਸਿੰਘ ਚੀਚਾ ਪਗਨਾ ਹਾਂਜੀ ਬਾਬਾ ਬਾਬਾ ਸੋਹਣ ਸਿੰਘ ਜੀ ਦੀ ਜੀ ਹਰੀ ਸੈਨ ਸੈਨਸ ਵਾਲਿਆਂ ਦੀ ਰਾਜਕੁਮਾਰ ਜੀ ਦੀ ਕਾਲ ਕਿਤੇ ਚਲ ਗਈ ਹਾਂਜੀ ਰਾਜਕੁਮਾਰ ਜੀ ਹਾਂਜੀ ਹਾਂਜੀ ਅੱਛਾ ਮੈਂ ਬਾਬਾ ਸੋਹਣ ਸਿੰਘ ਦਰਸ਼ਨ ਵੀ ਹੋ ਗਏ ਮੇਰੇ ਜੀ ਅਸੀਂ ਆਪਣੇ ਅਮੈਰੀਕਨ ਪਹਿਲੇ ਰਾਜਕੁਮਾਰ ਜੀ ਅਸੀਂ ਜ਼ਰੂਰ ਉਹਨਾਂ ਨੂੰ ਵੀ ਯਾਦ ਕਰਦੇ ਰਹੀਦਾ ਪਰ ਅੱਜ ਥੋੜ੍ਹਾ ਜਿਹਾ ਆਪਾਂ ਜਿਹੜਾ ਪਿੰਡਾਂ ਦਾ ਮਾਹੌਲ ਰੱਖਿਆ ਰਸੌਂਤ ਪਤਾ ਕੀ ਹੁੰਦੀ ਤੇ ਲਾਣਾ ਤੇ ਪੋਲੀ ਬੋਲੀ ਤੇ ਦਸਤਾ ਬੋਲੀ ਦਸਤਾ ਪੋਲੀ ਪੋਲੀ ਦਾ ਖੰਡਾ ਹੁੰਦਾ ਸੀ ਬਹੁਤ ਬਰੀਕ ਖੰਡਾ ਹੁੰਦਾ ਸੀ ਤੇ ਸੂਈ ਨਾਲ ਨਹੀਂ ਨਿਕਲ ਸਕਦਾ ਹਾਂ ਵੀ ਜਦੋਂ ਇਹ ਅਕਸਰ ਜੀ ਰੰਗ ਦੇ ਪੱਤੇ ਪੀਲੇ ਰੰਗ ਦੇ ਕੰਡੇ ਉੜਦੇ ਫਿਰਦੇ ਹੁੰਦੇ ਸੀ ਹਾਂ ਵਾਢੀਆਂ ਤੋਂ ਬਾਅਦ ਪਰਿਵਾਰ ਨੂੰ ਕਹਿੰਦੇ ਆਪਾਂ ਨੂੰ ਪਤਾ ਵੀ ਲਾਣਾ ਬੜਾ ਵੱਡਾ ਤੇ ਚਲੋ ਮਿਹਰਬਾਨੀ ਜੀ ਰਸੌਂਤ ਆਪਾਂ ਪੁੱਛਦੇ ਇੱਕ ਦੋ ਨਹੀਂ ਤੇ ਫਿਰ ਮੈਂ ਕਰੂੰਗਾ ਗੱਲ ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ 347 ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਟੀਵੀ ਦੀ ਆਵਾਜ਼ ਘੱਟ ਕਰਿਓ ਜੀ ਟੀਵੀ ਦੀ ਆਵਾਜ਼ ਘੱਟ ਕਰਕੇ ਕਰੀਏ ਗੱਲ ਹਾਂਜੀ ਕਨਿਆ ਸਿੰਘ ਜੀ ਸਵਾਗਤ ਹੈ ਜੀ ਹਾਂਜੀ ਮੈਂ ਗੱਲ ਇਹ ਕਰਦਾ ਕਿ ਤੁਸੀਂ ਸੌਂ ਦੀ ਗੱਲ ਕਰਦੇ ਸੌਂ ਦੀ ਹਾਂਜੀ ਜਿਹੜੀ ਸੌਂਦ ਹੈ ਨਾ ਇਹ ਪਹਿਲੇ ਜ਼ਮਾਨੇ ਚ ਜਦੋਂ ਬੱਚੇ ਦੀਆਂ ਅੱਖਾਂ ਦੁਖਦੀਆਂ ਹੋਈਆਂ ਸੀ ਹਾਂਜੀ ਮਿੱਠਾ ਬੱਚੇ ਬਹੁਤ ਮਿੱਠਾ ਖਾਂਦੇ ਗੁਰਗੇ ਬਹੁਤ ਖਾਂਦੇ ਸੀ ਤਾਂ ਉਦੋਂ ਜਿਹੜੀ ਸੌਂ ਸੀ ਇੱਕ ਗਲੀ ਜੀ ਹੁੰਦੀ ਸੀ ਇਹ ਫਿਰ ਉਹਦੀ ਸੌਂ ਨੂੰ ਭਿਉਂ ਕੇ ਤੇ ਉਹਨੂੰ ਫਿਰ ਉਹਦੇ ਅੱਖ ਦੇ ਭਲਾਉਂਦੇ ਸੀ ਬੱਚਿਆਂ ਦੇ ਜੀ ਖੂਨ ਵੀ ਸਾਫ਼ ਕਰਦੀ ਸੀ ਰਸੌਂ ਤਾਂ ਕਹਿੰਦੇ ਤੇ ਹਾਂ ਉਹ ਖੂਨ ਵੀ ਦੋਸ਼ ਕਰਕੇ ਉਹ ਫਿਰ ਉਹਨੂੰ ਸੌਂ ਨੂੰ ਉਹ ਅੱਖ ਲਾ ਕੇ ਉਸ ਦੇ ਬੱਚੇ ਅੱਖਾਂ ਸੋਜੇ ਸੀ ਕਾਫ਼ੀ ਉਹ ਮਿੱਠਾ ਖਾ ਗਏ ਨਾ ਲਾਲ ਹੋ ਜਾਂਦੀ ਬੱਚਿਓਂ ਅੱਛਾ ਉਹ ਸਾਰੀਆਂ ਫਿਰ ਉਹ ਫਿਰ ਦੋ ਚਾਰ ਦਿਨ ਲਾ ਕੇ ਤੇ ਸਾਰਾ ਅੱਖਾਂ ਠੀਕ ਹੋ ਜਾਂਦੀਆਂ ਉਹਨਾਂ ਦੀਆਂ ਬਿਲਕੁਲ ਇਹ ਦਵਾਈ ਦਾ ਕੰਮ ਕਰਦੀ ਸੀ ਦਵਾਈ ਦਾ ਕੰਮ ਦੂਸਰੀ ਗੱਲ ਇੱਕ ਹੋਰ ਹੈ ਜਿਹੜੀ ਆਪਾਂ ਦਾਲ ਕਹਿੰਦੇ ਮਸਲਾ ਦੀ ਦਾਲ ਹਾਂਜੀ ਇਹ 4 ਰੁਪਏ ਕਿਲੋ ਲਈ ਹੈ ਜੀ ਵਾਹ ਜੀ ਵਾਹ ਇਹ ਰੇਟ ਜਿਹੜੇ ਜ਼ਿਆਦਾ ਮੇਰੇ ਖਿਆਲ ਪਿਛਲੇ 15-20 ਸਾਲ ਦੇ ਵਿੱਚ ਹਨੇਰੀ ਆਈ ਹੈ ਉੱਦਾਂ ਤਾਂ ਥੋੜ੍ਹੇ ਥੋੜ੍ਹੇ ਠੀਕ ਹੀ ਸੀ ਇਹ 4 ਰੁਪਏ ਕਿਲੋ ਦਾਲ ਮਸਲਾ ਦੀ 4 ਰੁਪਏ ਉਦੋਂ ਤੇ ਦੂਜਾ ਦੇਸੀ ਘਿਓ ਦੇਖੋ ਦੇਸੀ ਘਿਓ 4 ਰੁਪਏ ਕਿਲੋ ਲਿਆ ਜੀ ਆਪ ਮੈਂ ਵਾਹ ਜੀ ਵਾਹ ਵਾਹ ਜੀ ਵਾਹ ਇਹ ਗੱਲ ਹੈਗੀ ਸਨ 58-60 ਦੀ ਵਾਹ ਜੀ ਵਾਹ ਇਹ ਦੇਖੋ ਜੀ ਹੁਣ ਕਿੰਨੀ ਹੈਰਾਨੀ ਹੁੰਦੀ ਇਹਨਾਂ ਗੱਲਾਂ ਦੇ ਨਾਲ ਜਦੋਂ ਅਸੀਂ ਅੱਜ ਇਹ ਚੀਜ਼ ਸੋਚਦੇ ਹਾਂ ਅਤੇ ਉਦੋਂ ਸਮਾਂ ਵੀ ਕਿੰਨਾ ਵਧੀਆ ਸੀ ਅਤੇ ਸਸਤਾ ਸੀ ਸਾਰਾ ਕੁਛ ਇਨਕਮ ਵੀ ਬੇਸ਼ੱਕ ਘੱਟ ਸੀ ਪਰ ਫਿਰ ਵੀ ਵਧੀਆ ਸੀ ਮਾੜਾ ਹੋਲਡ ਰੱਖਿਓ ਆਪਣਾ ਕਰਨੈਲ ਸਿੰਘ ਜੀ ਜੀ ਕਰਨੈਲ ਸਿੰਘ ਜੀ ਕਰਨੈਲ ਸਿੰਘ ਜੀ ਹੈਲੋ ਹਾਂਜੀ ਤੁਸੀਂ ਹੈਗੇ ਇੱਕ ਤਾਂ ਜਿਹੜੀ ਸਲੰਗ ਅਤੇ ਸਲਾਂਬਾ ਦੇ ਵਿੱਚ ਕੀ ਫਰਕ ਹੈ ਸਲੰਗ ਅਤੇ ਸਲਾਂਬਾ 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 ਹਾਂਜੀ ਸਲਾਂਬਾ ਸਲਾਂਬਾ ਦੀ ਸਲਾਈ ਹੈ ਸਲੰਗ ਸਲੰਗ ਨਹੀਂ ਹੁੰਦੀ ਸੀ ਸਲੰਗ ਜਿਹਨੂੰ ਅਸੀਂ ਕਰਦੇ ਸੀ ਤੂੜੀ ਤਾੜੀ ਉਹ ਖੇਤੀਬਾੜੀ ਵਿੱਚ ਵਰਤੇ ਸੀ ਸਲੰਗ ਉਹ ਸੀ ਉਹ ਆਪਾਂ ਉਹਨੂੰ ਸਲਾਬਾ ਵੀ ਕਹਿੰਦੇ ਸੀ ਉਹ ਤੰਗਲੀ ਕਹਿੰਦੇ ਤੰਗਲੀ ਕਹਿੰਦੇ ਸੀ ਤੰਗਲੀ ਤੰਗਲੀ ਹਾਂ ਤੰਗਲੀ ਕਹਿੰਦੇ ਕਈ ਇਲਾਕਿਆਂ ਦੇ ਵਿੱਚ ਸਲਾਬਾ ਕਹਿੰਦੇ ਉਹਨੂੰ ਹਾਂ ਹਾਂ ਉਹ ਇਲਾਕੇ ਲਈ ਜਿਹੜਾ ਅਸੀਂ ਦੁਆਬੇ ਨੂੰ ਬਿਲੋਂਗ ਕਰਦੇ ਉਹ ਤੰਗਲੀ ਕਹਿੰਦੇ ਜ਼ਿਆਦਾ ਇਹਨੂੰ ਤੰਗਲੀ ਅਤੇ ਇੱਕ ਤਾਂ ਤੰਗਲੀ ਹੁੰਦੀ 5 ਦੰਦਾਂ ਵਾਲੀ ਅਤੇ ਇੱਕ 2 ਵਾਲਾ ਹੁੰਦਾ ਉਹਨੂੰ ਮੇਰੇ ਖਿਆਲ ਸਲੰਗ ਕਹਿੰਦੇ ਨੇ
ਫਲਿਆਂ ਮਿਹਰਬਾਨੀ ਜੀ, ਬਹੁਤ ਵਧੀਆ ਲੱਗ ਰਿਹਾ ਜੀ ਗੱਲਾਂ ਪੱਤਾਂ ਸਾਰੀਆਂ, ਕਾਲਾਂ ਵੀ ਤੁਹਾਡੀਆਂ ਤੜਤੜ ਆ ਰਹੀਆਂ ਨੇ। ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬੜਾ ਹੋਰ ਰੱਖੋ ਜੀ ਮੈਂ ਚਾਹੁੰਦਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕੌਣ ਬੋਲਦੇ ਜੀ? ਹਾਂਜੀ, ਮੈਂ ਕੈਲੀਫੋਰਨੀਆ ਤੋਂ ਬੋਲਦੀ ਹਾਂ। ਰਸੌਂਤ ਬਾਰੇ ਤੁਸੀਂ ਪੁੱਛਦੇ ਹੋ, ਰਸੌਂਤ ਫੋੜੇ ਫਿੰਸੀਆਂ ਤੇ ਰਗੜ ਕੇ ਲਾਉਂਦੇ ਹੁੰਦੇ ਸੀ ਤੇ ਇਹ ਗ੍ਰੀਨ ਗ੍ਰੀਨ ਜੀ ਹੁੰਦੀ ਆ ਲਈ। ਇਹ ਬਣਦੀ ਭਲਾ ਕਾਦੀ ਹੈ ਆਈਡੀਆ ਕੋਈ? ਬਣਨ ਦਾ ਤਾਂ ਨਹੀਂ ਬਈ ਪਤਾ, ਤੇ ਮੈਂ ਦੱਸਦਾ ਜੀ, ਮੈਂ ਦੱਸ ਦੇਣਾ ਆਪਾਂ ਇਹਨੂੰ ਰਸੌਂਤ ਨੂੰ ਇੱਥੇ ਮੁਕਾਦਨੇ ਆ। ਇਹ ਹਲਦੀ ਜਿਹੜੀ ਹੁੰਦੀ ਜੀ, ਹਲਦੀ ਦਾ ਸੱਤ ਕੱਢਿਆ ਹੁੰਦਾ ਗਾ। ਹਲਦੀ ਆਪਣੀ ਦੇਖੋ ਕਿੰਨੇ ਫਾਇਦੇ ਨੇ ਹਲਦੀ ਦੇ, ਕਿੰਨੀ ਹਲਦੀ ਕੰਮ ਆਉਂਦੀ ਹੈ। ਹਾਂ, ਹਲਦੀ ਦਾ ਸੱਤ, ਹਲਦੀ ਦਾ ਸੱਤ ਦੇਖ ਲਓ, ਕਮਾਲ ਦੀ। ਹਾਂਜੀ ਹਾਂਜੀ, ਤਾਂ ਹੀ ਦੇਖੋ ਉਹਦਾ ਫਟਾਫਟ ਠੀਕ ਹੋ ਜਾਂਦੇ ਸੀ। ਕਿਤੇ ਹਲਦੀ ਇੰਨੀ ਗੁਣਕਾਰੀ ਹੈਗੀ ਤਾਂ ਉਹਦਾ ਸੱਤ ਗਾਂ ਜਿਹੜਾ ਕੱਢ ਦਿੰਦੇ ਆਪਾਂ, ਉਹ ਤਾਂ ਫਿਰ ਕਿਤੇ ਦੀ ਕਿਤੇ ਹੋਏਗਾ ਜੀ। ਬਾਕੀ ਬੋਲੀ ਹੈ ਜਿਹੜੀ, ਬੋਲੀ ਪਹਿਲੇ ਡੰਗ ਦੀ ਤਾਂ ਮੈਂਸ ਨੂੰ ਹੀ ਪਿਲਾਉਂਦੇ ਆ, ਕਿਉਂਕਿ ਬੋਲੀ ਫਿਰ 10 ਮਹੀਨੇ ਮੈਂਸ ਦਾ ਦੁੱਧ ਹੁੰਦਾ, ਉਹ ਇਕੱਠਾ ਹੋਇਆ ਵੀ ਉਹ ਠੀਕ ਨਹੀਂ ਹੁੰਦਾ। ਅੱਛਾ ਜੀ, ਤੇ ਫਿਰ ਦੂਜੇ ਡੰਗ ਦੀ ਬੋਲੀ ਆਪਾਂ ਬਣਾਉਂਦੇ ਆ। ਅੱਛਾ, ਪਹਿਲੇ ਵਾਲੀ ਮੇਰੇ ਖਿਆਲ ਮੱਝ ਨੂੰ ਹੀ ਪਿਆਉਂਦੇ ਆ। ਪਹਿਲੇ ਵਾਲੀ ਪੀਣੀ ਠੀਕ ਨਹੀਂ ਹੁੰਦੀ ਉਹ, ਕਿਉਂਕਿ 10 ਮਹੀਨੇ ਦਾ ਦੁੱਧ ਹੁੰਦਾ ਨਾ ਬਣਿਆ ਹੋਇਆ, ਉਹ ਜ਼ਿਆਦਾ ਜ਼ੋਰਦਾਰ ਹੁੰਦਾ। ਹਾਂ, ਉਹ ਸ਼ਾਇਦ ਮੱਝ ਨੂੰ ਪਿਲਾਉਂਦੇ ਕਈ ਏਰੀਆ ਚ, ਕਈ ਫਿਰ ਮੱਝ ਨੂੰ ਪਿਲਾ ਦਿੰਦੇ ਆ। ਹਾਂਜੀ ਹਾਂਜੀ ਹਾਂਜੀ, ਜਾਂ ਟੋਬੇ ਚ ਪਾਏ ਹੁੰਦੇ ਸੀ। ਮਾੜਾ ਜਿਹਾ ਹੋਰ ਰੱਖਿਓ। ਹਾਂ ਹਾਂ, ਮੇਰੇ ਹੁਣ ਯਾਦ ਆ ਗਿਆ। ਹਾਂਜੀ, ਮੇਰੇ ਯਾਦ ਆ ਗਿਆ ਜੀ ਹੁਣ। ਹੈਲੋ, ਹਾਂਜੀ ਹਾਂਜੀ, ਤੁਹਾਡੀ ਕਾਲ ਲੱਗੀ ਸੀ ਪਹਿਲਾਂ, ਮੇਰੇ ਖਿਆਲ ਤੁਹਾਡੀ ਓ ਲੱਗੀ ਸੀ ਨਾ। ਹਾਂਜੀ ਹਾਂਜੀ, ਮੈਨੂੰ ਹੁਣ ਯਾਦ ਆ ਗਿਆ, ਉਹ ਟੋਬੇ ਚ ਪਾ ਕੇ ਡੂੰਘਾ ਟੋਆ ਕੱਢ ਕੇ ਦੱਬਦੇ ਸੀ ਤਾਂ ਕਿ ਕੋਈ ਕੁੱਤਾ ਨਾ ਕਰੇ। ਹਾਂਜੀ, ਕਿਉਂਕਿ ਆਪਾਂ ਪਿੰਡਾਂ ਦੇ ਰਹਿਣੇ ਵਾਲੇ ਸੀ, ਮੈਂ ਤਰੱਕੀਆਂ ਹੁਣ ਅਮਰੀਕਾ ਕੇ ਤਾਂ ਦਿਲ ਸਭ ਕੁਛ ਛੁੱਟ ਗਿਆ। ਹਾਂਜੀ ਹਾਂਜੀ, ਤੇ ਅੱਛਾ ਨੇਰਨਾ ਜ਼ਰੂਰ ਪਤਾ ਹੋਊ ਤੁਹਾਨੂੰ, ਨੇਰਨਾ? ਹਾਂਜੀ, ਨੇਰਨਾ 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 ਤਾਂ ਉਹ ਸੀਗਾ ਜਿਹੜਾ ਮਧਾਣੀ ਚ ਪਾਉਂਦੇ ਸੀ। ਹਾਂ, ਨੇਰਨਾ ਉਹ ਵੀ ਹੁੰਦਾ ਇੱਕ ਕੁਛ ਜੀ, ਦੁੱਧ ਜਿਹੜੇ ਵਿੱਚ ਮਧਾਣੀ ਦੀ ਰੇਤਾ ਵੀ ਕਹਿ ਦਿੰਦੇ ਆ। ਹਾਂਜੀ ਹਾਂਜੀ, ਰੇਤਾ ਵੀ ਕਹਿ ਦਿੰਦੇ ਆ। ਹਾਂਜੀ ਹਾਂਜੀ, ਚਲੋ ਮੈਂ ਸਰਖੀ ਹੋਈਆਂ ਜੱਗੀ ਮੈਂ ਇੰਡੀਆ। ਵਾਹ ਜੀ ਵਾਹ, ਚਲੋ ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਫਿਰ ਚੌਥੇ ਤੀਜੇ ਚੌਥੇ ਦਿਨ ਦੁੱਧ ਚਾਹ ਚ ਪਾ ਕੇ ਪਾਉਂਦੇ ਹੁੰਦੇ ਸੀ, ਫਿਰ ਫਿਰ ਚਾਹ ਉਬਾਲ ਕੇ ਹੇਠਾਂ ਰੱਖ ਕੇ ਫਿਰ ਪਾਉਂਦੇ ਸੀ ਉਹਨੂੰ। ਅੱਜ ਕੱਲ ਤਾਂ ਜੀ ਦਿਸਦੀਆਂ ਹੀ ਨਹੀਂ ਮੱਝਾਂ ਪਿੰਡ ਦੇ ਵਿੱਚ, ਕਿਤੇ ਹੈ ਹੀ ਨਹੀਂ ਪਸ਼ੂ ਡੰਗਰ ਦਿਸਦੇ ਕਿਸੇ ਦੇ ਘਰੇ। ਨਾਲ ਇੱਕ ਸਾਨੂੰ ਹੁਣੇ ਪਤਾ ਲੱਗਿਆ ਵੀ ਜਿਹੜੀ ਗੱਲ ਤੋਂ ਗੱਲ ਨਿਕਲਦੀ ਹੈ ਤਾਂ ਉਹ ਨਾਲ ਕਲੀਅਰ ਕਰ ਦੇਣੀ ਚਾਹੀਦੀ। ਸੱਤ ਸੱਤ ਬਾਰੇ ਵੀ ਬੜੇ ਸਾਰੇ ਲੋਕਾਂ ਨੂੰ ਨਹੀਂ ਪਤਾ, ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਹੋਏਗਾ ਸੱਤ। ਮੈਨੂੰ ਹੁਣ ਸਾਡੇ ਨਿਊਯਾਰਕ ਤੋਂ ਸੁਖਦੀਪ ਸੰਘਾ ਸਾਹਿਬ ਨੇ ਪੁੱਛਿਆ ਸੱਤ ਕੀ ਹੁੰਦਾ, ਜਿਹੜਾ ਰਸੌਂਤ ਦਾ ਸੱਤ ਅਸੀਂ ਕਹਿੰਦੇ ਹਾਂ। ਇਹ ਸੱਤ ਜਿਵੇਂ ਅਸੀਂ ਖੋਆ ਮਾਰਦੇ ਜੀ ਦੁੱਧ ਕਾੜ ਕਾੜ ਕੇ, ਇਵੇਂ ਹੀ ਹਲਦੀ ਦੇ ਵਿੱਚੋਂ ਵਾਹਵਾ ਸਾਰੀ ਹਲਦੀ ਦੇ ਵਿੱਚੋਂ ਥੋੜ੍ਹਾ ਜਿਹਾ ਜਿਹੜਾ ਕੱਢ ਕੇ ਸੱਤ ਅਤੇ ਉਹਨੂੰ ਮੁੜ ਕੇ ਸੁਕਾਉਂਦੇ ਨੇ, ਉਹ ਫਿਰ ਰਸੌਂਤ ਉਹਨੂੰ ਕਹਿ ਦਿੰਦੇ ਆ, ਕਾਲਾਂ ਦਾ ਸਿਲਸਿਲਾ ਅੱਗੇ ਵਧਾਉਂਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਹਾਂਜੀ, ਵਾਹ ਜੀ ਵਾਹ, ਵਾਹ ਜੀ ਵਾਹ, ਗਿਆਨ ਸਿੰਘ ਜੀ ਕਾਫੀ ਦਿਨਾਂ ਬਾਅਦ ਦਰਸ਼ਨ ਹੋਏ। ਹੋਰ ਸੁਣਾਓ ਸਿਹਤ ਠੀਕ ਹੈ? ਹਾਂਜੀ, ਤੁਸੀਂ ਪਹਿਲਾਂ ਗੱਲ ਪੈਟਰੋਲ ਤੋਂ ਛੇੜੀ ਆ ਜੀ। ਸਨ 53 ਦੇ ਵਿੱਚ ਵਾਹ ਜੀ ਵਾਹ 14 ਗੈਲਨ ਪੈਟਰੋਲ ਮੈਂ ਪਾਇਆ। 14 ਗੈਲਨ ਗੈਰ, ਉੱਥੇ ਗੈਲਨ ਦਾ ਹੁੰਦਾ ਸੀ ਪਹਿਲਾਂ ਇੰਡੀਆ ਦੇ ਵਿੱਚ? ਉਦੋਂ ਗੈਲਨ ਸੀਗੇ ਜਿਹੜੇ ਲੀਟਰ ਕਹਿੰਦੇ ਆ, ਲੀਟਰ ਤੇ ਨਵੀਂ ਕਰੰਸੀ 57-58 ਚ ਆਈ ਆ। ਅਮਰੀਕਾ ਚ ਹਾਲੇ ਵੀ ਗੈਲਣੀ ਆ, ਤੁਹਾਨੂੰ ਪਤਾ ਹੀ ਹੋਣਾ। ਹਾਂਜੀ ਹਾਂਜੀ, ਇੱਥੇ ਤਾਂ ਗੈਲਣ ਚੱਲਦੀ ਆ।
ਅਜੇ ਵੀ ਗੈਲਨ, ਮਤਲਬ ਉਦੋਂ ਗੈਲਨ ਹੀ ਹੁੰਦੇ ਸੀ ਆਪਣੇ, 14 ਆਨੇ ਗੈਲਨ ਪੈਟਰੋਲ ਤੇ 8 ਆਨੇ ਨੂੰ ਪੀਪੀ 5 ਲੀਟਰ 1 ਗੈਲਨ ਦੀ ਮੋਬਾਈਲ ਦੀ ਪੈਟਰੋਲ ਦੀ ਜੀ। ਤੇ ਅੱਗੇ ਤੁਸੀਂ ਹੋਰ ਕਿਹੜੀ ਗੱਲ ਕੀਤੀ ਸੀ? ਮੈਂ ਪੁਰਾਣੀਆਂ ਚੀਜ਼ਾਂ ਦੀ ਗੱਲ ਕਰ ਰਿਹਾ ਸੀ, ਜਿਵੇਂ ਰਸੌਂਤ ਦੀ ਖਾਸ ਤੌਰ ਤੇ ਗੱਲ ਸੀ, ਬੋਹਲੀ ਪੋਹਲੀ ਇੱਕ ਬਰੋਜਾ ਬਰੋਜਾ ਹੁੰਦਾ ਸੀ, ਬਰੋਜਾ ਮੇਰੇ ਖਿਆਲ ਅੱਜ ਕੱਲ੍ਹ ਨਹੀਂ ਵਰਤੋਂ 'ਚ ਆਉਂਦਾ, ਤਰੋਜਾ ਵਿਆਹ ਦੇ ਨਾਲ ਸੰਬੰਧਿਤ ਹੈ। ਵਿਆਹ ਕਰਕੇ ਛੱਡਦੇ ਨੀ ਸੀ, ਲੈ ਜਾਂਦੇ ਸੀਗੇ ਤੇ 2-3 ਸਾਲ ਹੀ ਮਕਲਾਵਾ ਤੋਰਦੇ ਸੀਗੇ, ਫਿਰ 1-2 ਮਹੀਨੇ ਕੁੜੀ ਰਹਿ ਜਾਣੀ ਆਪਣੇ ਸਹੁਰੇ ਘਰ, ਫਿਰ ਪੇਕਿਆਂ ਲੈ ਜਾਣੀ 2-3 ਮਹੀਨੇ ਰਹਿ ਕੇ ਹੋਰ, ਹਨਾ, ਫਿਰ ਉਹਨੂੰ ਤਰੋਜਾ ਕਹਿੰਦੇ, ਫਿਰ ਉਹ 5-5-6-6 ਮਹੀਨੇ ਕਿੰਨਾ ਕਿੰਨਾ ਸਮਾਂ ਫਿਰ ਉਹਨੂੰ ਤਰੋਜਾ ਕਹਿੰਦੇ ਸੀ। ਮਕਲਾਵਾ ਮੇਰੇ ਖਿਆਲ ਕਈ ਤਾਂ ਕਾਫੀ ਦੇਰ ਬਾਅਦ, ਕਈ ਕਈ ਸਾਲਾਂ ਬਾਅਦ ਵੀ ਹੁੰਦੇ ਰਹੇ, ਨਿਆਣੇ ਦੇ ਨਿੱਕੇ ਹੁੰਦੇ, ਮੰਗਣੀ ਕਰ ਦੇਣੀ। ਉਹ ਉਮਰ ਦੇ ਹਿਸਾਬ ਨਾਲ ਸੀ ਨਾ ਮਕਲਾਵਾ, ਦੇਖੋ ਨਾ ਇਹ 8-8, 7-7 ਸਾਲ ਦੇ ਨਿਆਣੇ ਵਿਆਹਦੇ ਰਹੇ ਲੋਕੀ ਪਹਿਲੋਂ, ਹੁਣ ਸਾਡੇ ਸਮੇਂ ਚ 17-16 ਸਾਲ ਦੀ ਕੁੜੀ, 16-17 ਸਾਲ ਦੀ ਤੇ 17-18 ਦਾ ਮੁੰਡਾ ਵਿਆਹਦੇ, ਸਾਡੇ ਵੀ ਵਿਆਹ ਇਸੇ ਉਮਰ ਚ ਹੋਏ ਆ। ਅੱਛਾ ਜੀ, ਹੈਂ, ਤੇ ਸਾਡਾ ਮਕਲਾਵਾ ਵੀ 3 ਸਾਲੀ ਬਾਅਦ ਚ ਆਇਆ, 3.5 ਸਾਲੀ, ਠੀਕ ਨਹੀਂ? ਬਿਲਕੁਲ, 50 ਚ ਹੋਇਆ ਵਿਆਹ ਸਾਡਾ, ਉਦੋਂ ਏਦਾਂ ਹੀ ਸੀਗਾ। ਵਾਹ ਜੀ ਵਾਹ, ਵਾਹ ਜੀ ਬਾਬਾ, ਹਾਂਜੀ ਬਾਤ ਹੈ। ਤੇ ਮਤਲਬ ਅਸੀਂ ਪੁਰਾਣਾ ਜਦੋਂ ਸੜੰਗ ਦੀ ਗੱਲ ਕੀਤੀ, ਸੜੰਗ ਤੇ ਤੰਗੜੀ ਜਿਹੜੀ ਸੜੰਗ ਹੁੰਦੀ, ਉਹਦੇ ਦੋ ਹੀ ਪੜੇ ਹੁੰਦੇ ਆ, ਉਹਦੇ ਸਿੰਘ, ਸੜੰਗਾ ਸਿੰਘ ਨੂੰ ਕਹਿੰਦੇ ਹਨਾ, ਤੇ ਉਹ ਜਦੋਂ ਅਸੀਂ ਪੇੜ ਪੇੜ ਬਣਾ ਕੇ ਤੇ ਅਸੀਂ ਫੜੇ ਪਾਉਂਦੇ ਹੁੰਦੇ ਸੀਗੇ, ਭਰੀਆਂ ਖਿਲਾਰਨੀਆਂ, ਉਹ ਸੜੰਗ ਦਾ ਖਿਲਾਰ ਹੁੰਦੀਆਂ ਸੀਗੀਆਂ, ਹੈਂ, ਤੇ ਫਿਰ ਫੜੇ ਗਾਉਣੇ ਅਸੀਂ ਦੁਪਹਿਰ ਤੱਕ, ਉਹ ਗਾਹ ਗਾ ਕੇ ਨਾ ਫਿਰ ਉਹ ਇੰਨੀ ਤੂੜੀ ਬਰੀਕ ਹੋ ਜਾਂਦੀ ਸੀਗੀ, ਫਿਰ ਤੰਗੜੀ ਦੀ ਵਰਤੋਂ ਕਰਦੇ ਉਹ ਆਪਣੀ ਉਹਦੀ ਵਰਤੋਂ ਕਰਦੇ, ਠੀਕ ਨਹੀਂ? ਤੇ ਉਹ ਫਿਰ ਹੌਲੀ 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 ਬਰੀਕ ਤੋਂ ਬਰੀਕ ਹੋਈ ਜਾਣੀ, ਤੇ ਉਹ ਫਿਰ ਉਹ ਗਾਉਂਦੀ ਸੀਗੀ। ਤੇ ਜਿਹੜੀ ਤੰਗੜੀ ਆ ਉਹਦੇ ਤਾਂ 7-8 ਹੁੰਦੀਆਂ ਹੈਗੀਆਂ, ਲੜਾਂ ਲੱਗੀਆਂ ਉਹਨੂੰ, ਠੀਕ ਨਹੀਂ? ਤੇ ਸੜਗੇ ਤੋਂ 2 ਹੀ ਹੁੰਦੀਆਂ, ਹਨਾ। ਇਹ ਤੰਗਲੀ ਨੂੰ ਸਲਾਂਬਾ ਵੀ ਕਹਿੰਦੇ, ਕਿ ਸਲਾਂਬਾ ਕਿਸੇ ਏਰੀਏ ਚ? ਉਹ ਨਾ, ਵੱਖਰੇ ਵੱਖਰੇ ਇਲਾਕੇ ਦੀ ਗੱਲ ਹੈ, ਆਪਣੇ ਸਾਡੇ ਤੇ ਸਲੰਗੀ ਕਹਿੰਦੇ ਆ। ਜੀ ਜੀ, ਹਾਂਜੀ, ਤੰਗਲੀ ਬੋਲੀ ਤੇ ਤੰਗਲੀ, 25 ਮੀਲ ਬਾਅਦ ਬੋਲੀ ਬਦਲ ਜਾਂਦੀ ਹੈ, 25 ਮੀਲ ਬਾਅਦ ਰਸਮ ਰਿਵਾਜ ਬਦਲ ਜਾਂਦੇ ਆ, ਉਹ ਗੱਲ ਪੱਕੀ ਆ। ਬਿਲਕੁਲ ਜੀ ਬਿਲਕੁਲ, ਕੋਸ਼ਿਸ਼ ਕਰਿਆ ਕਰਾਂਗੇ ਅੱਗੇ ਤੋਂ ਨਾ ਜੀ ਫੋਟੋਆਂ ਨਾਲ ਦਿਖਾਇਆ ਕਰੀਏ, ਤਾਂ ਕਿ ਜਿਹੜੇ ਦਰਸ਼ਕਾਂ ਨੂੰ ਹੈਗਾ ਪਤਾ ਲੱਗੇ। ਹਾਂ ਹਾਂ, ਤੇ ਇਸ ਤਰ੍ਹਾਂ ਕਰਕੇ ਹੈਗਾ ਬਈ, ਸਭ ਤੋਂ ਸਸਤਾ ਪੈਟਰੋਲ ਮੈਂ ਹੀ ਪਾਇਆ, ਜਿੰਨੇ ਹੁਣ ਜਿੰਨੀਆਂ ਤੋਂ ਸੁਣੇ ਆ, ਲੀਟਰਾਂ ਜੀ ਪਾਇਆ, ਗੈਲਨ ਚ ਕਿੰਨੇ ਵੀ ਨਹੀਂ ਪਾਇਆ। ਬਿਲਕੁਲ, 1957 ਚ ਮੈਂ BSA ਮੋਟਰਸਾਈਕਲ ਲਿਆ ਸੀਗਾ, ਤੇ ਉਦੋਂ ਮੈਂ ਪਾਇਆ ਸੀਗਾ। ਉਦੋਂ ਕਿੰਨੇ ਕ ਦਾ ਸੀ ਮੋਟਰਸਾਈਕਲ? ਹੈ ਜੀ, ਉਦੋਂ ਕਿੰਨੇ ਕ ਦਾ ਸੀ ਮੋਟਰਸਾਈਕਲ? 900 ਦਾ ਲਿਆ ਸੀ ਮੈਂ, ਦੁਬਾਰਾ ਰੀਬਿਲਟ ਹੋਇਆ ਸੀਗਾ। ਮਿਲਟਰੀ ਡਿਸਪੋਜ਼ਲ ਦੇ ਆਉਂਦੇ ਸੀ ਆਮ ਤੌਰ ਤੇ, ਉਹ ਸ਼ੌਕ ਰਿਜ਼ਰਵ ਨਹੀਂ ਸੀ, ਉਹਦੇ ਮੂਹਰੇ ਸਪਰਿੰਗ ਹੁੰਦਾ ਸੀਗਾ, ਪਿੱਛੇ ਫਿਕਸ ਹੁੰਦਾ ਸੀਗਾ, ਮੈਂ 900 ਦਾ ਲਿਆ ਸੀ ਉਹਦੇ ਕੋਲੋਂ। ਬਾਅਦ ਚ 57-58 ਤੇ ਫਿਰ ਸਕੂਟਰ ਵਗੈਰਾ ਵੀ ਆ ਗਿਆ ਸੀਗਾ, ਪਹਿਲੇ ਸਕੂਟਰ ਨਹੀਂ ਸੀ ਹੁੰਦੇ, ਸਕੂਟਰ ਨਹੀਂ ਸੀ ਹੋਏ, 55-56 ਤੋਂ ਬਾਅਦ ਹੀ ਆਏ ਆ। ਸਕੂਟਰ ਵੀ ਪਹਿਲਾਂ ਜਿਹੜਾ ਬਜਾਜ ਚੇਤਕ ਆ, ਮੇਰੇ ਖਿਆਲ ਉਹ ਇੰਨਾ ਕੁ ਮੈਨੂੰ ਯਾਦ ਆ ਵੀ ਜਦੋਂ ਉਹ ਡਾਲਰ ਨਾਲ ਬੁੱਕ ਹੁੰਦਾ ਸੀ, ਡਾਲਰ ਮੰਗਾ ਲਓ ਬਾਹਰੋਂ, ਤੇ ਉਹਨਾਂ ਨੂੰ ਬੁੱਕ ਹੋ ਕੇ ਫਿਰ ਮਿਲਦਾ ਸੀ, ਬਥੇਰੇ ਮੰਗਾਏ ਸੀ। ਤੇ ਉਦੋਂ 2 ਮਗਰ 1 ਫ੍ਰੀ ਮਿਲ ਜਾਂਦਾ ਸੀਗਾ, ਤਿੰਨ ਲੈ ਲਓ ਤੇ 2 ਵੇਚ ਕੇ, ਤੇ ਮਤਲਬ ਬਲੈਕ ਚੱਲਦੀ ਸੀ ਨਾ, ਤੇ ਉਹ 70-72 ਦੀ ਗੱਲ ਹੈ। ਹੁਣ ਅੰਮ੍ਰਿਤਸਰ ਤੇ ਪਹਿਲੋ ਏਜੰਸੀ ਸੀਗੀ, ਜਲੰਧਰ ਤੋਂ ਬਾਅਦ ਚ ਆਈ ਆ, ਪਹਿਲੋ ਜਲੰਧਰ ਸੀਗੀ ਨਾ ਏਜੰਸੀ ਚੇਤਕ ਦੀ, ਅੰਮ੍ਰਿਤਸਰ ਜਾ ਕੇ ਅਸੀਂ ਲਿਆਈ ਦੇ ਸੀਗੇ, ਅੰਮ੍ਰਿਤਸਰ ਕਹਿੰਦੇ ਸੀ। ਹਾਂਜੀ ਜੀ, ਹਾਂ ਇਹ ਗੱਲ ਸੀ, ਹੋਰ ਕਿਹੜੀ ਗੱਲ ਪੁੱਛਦੇ ਸੀ? ਹਾਂ ਨਹੀਂ, ਹੋਰ ਇਹ ਸੀ ਵੀ ਆਹ ਮੈਂ ਫਲਿਆਂ ਦਾ ਜਾਣਨਾ ਚਾਹੁੰਦਾ ਸੀ, ਕਿ ਫਲੇ ਕਿਹੜੇ ਕਿਸ ਸਨ ਤੱਕ ਰਹੇ ਨੇ ਫਲਿਆਂ ਦੀ ਜਿਹੜੀ, ਫਲੇ ਤਾਂ ਤਕਰੀਬਨ 60 ਬਾਟ ਤੇ ਕਹਿ ਲਓ, ਫਿਰ ਕਰੈਸ਼ਰ ਆ ਗਏ ਸੀਗੇ,
60 ਬਾਰ ਤੋਂ ਬਾਅਦ ਚ ਵੀ ਸ਼ਾਇਦ ਹੋਏ ਹੋਣਗੇ, ਬਾਅਦ ਚ ਕ੍ਰੈਸ਼ਰ ਆ ਗਏ ਸੀਗੇ, ਬਾਕੀ ਅਸੀਂ ਤਾਂ ਨਹੀਂ ਕ੍ਰੈਸ਼ਰ ਵਰਤੇ ਤੇ ਫਲੇ ਵਰਦੇ ਰਹੇ ਅਸੀਂ, ਖੇਤੀ ਵੀ 60-60 ਦਾ ਕਰਕੇ ਵੀ ਛੱਡਤੀ ਸੀਗੀ, ਆਮ ਪਹਿਲਾਂ ਟਰੈਕਟਰ ਵੀ ਆ ਗਏ ਸੀ ਤੇ ਕ੍ਰੈਸ਼ਰ ਵੀ ਆ ਗਏ ਸੀਗੇ। ਜੀ ਜੀ ਚਲੋ ਮਿਹਰਬਾਨੀ ਜੀ, ਬਹੁਤ ਸਾਗਿਆ ਸਰ, ਹਾਂਜੀ ਬਹੁਤ ਮਿਹਰਬਾਨੀ, ਫਲੇ ਪਹਿਲੋਂ ਫਲੇ ਰਹੇ ਆ ਜੀ, ਬਹੁਤ ਮਿਹਰਬਾਨੀ ਤੁਹਾਡਾ, ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਟੀਵੀ ਦੀ ਆਵਾਜ਼ ਕਰੋ ਜੀ ਘੱਟ। ਚਲੋ ਜੀ, ਹਾਂਜੀ ਠੀਕ ਹੈ ਜੀ, ਤੇ ਕੀ ਨਾਮ ਦੱਸ ਦਿਓ ਜੀ ਆਪਣਾ, ਤੇ ਕਿਹੜੀ ਕੋਈ ਪੁਰਾਣੀ? ਹਾਂਜੀ ਮੇਰਾ ਨਾਮ ਬਲਵੀਰ ਅਠਵਾਲ ਆ ਜੀ, ਅਠਵਾਲ ਸਾਹਿਬ ਜੀ, ਹਾਂਜੀ ਸਾਡੇ ਏਰੀਆ ਜੀ ਲੱਗਦੇ ਕਿਤੇ ਉੱਥੇ 209 ਏਰੀਆ ਕੋਡ। ਹਾਂਜੀ ਹਾਂਜੀ, ਮੈਂ ਲਵੈਸਟਰ ਤੋਂ ਬੋਲਦਾ ਕੈਲੀਫੋਰਨੀਆ। ਵਾਹ ਜੀ ਵਾਹ, ਸੀ ਨੇੜੇ ਹੀ ਲੈਥਰੋਪ ਸਾਡਾ ਸਟੂਡੀਓ ਜੀ। ਵਾਹ ਜੀ, ਮੈਂ ਵੀ ਤਾਂ ਥੋੜਾ ਜਿਹਾ ਮੈਂ ਅੱਜ ਕੀ ਹੁਣ ਦੇ ਲੱਗੇ ਰਹਿਣਾ। ਹਾਂਜੀ ਹਾਂਜੀ, ਇਹ ਮਡੈਸਟੋ ਰਹਿੰਦੇ ਆ। ਹਾਂਜੀ ਮੈਂ ਜੱਗੀ ਬੋਲ ਰਿਹਾ ਸਰ ਜੀ, ਮੈਂ ਜਗਤਾਰ ਜੱਗੀ ਬੋਲ ਰਿਹਾ ਜੀ। ਮੈਂ ਉਹ ਗਿਆ ਹੱਦ ਹੋ ਗਈ, ਤੁਸੀਂ ਬੋਲ ਰਹੇ ਹੋ? ਹਾਂਜੀ ਹਾਂਜੀ, ਆਪਣੇ ਨਾਲ ਹੀ ਗੱਲ ਚੱਲ ਰਹੀ ਹੈ, ਮੈਂ ਹੀ ਤੁਹਾਡਾ ਫੋਨ ਲਾਈਵ ਲੱਗਿਆ ਹੋਇਆ ਤੇ ਮਡੈਸਟੋ ਦੇ। ਅੱਛਾ, ਤੇ ਪਹਿਲਾਂ ਤਾਂ ਤੁਸੀਂ ਨਾਮ ਬਦਲ ਲਿਆ ਸੀਗਾ? ਨਹੀਂ ਜੀ, ਨਾਮ ਕਿਹੜਾ ਬਦਲਣਾ ਮੈਂ? ਕਿੱਦਾਂ ਜੀ, ਤੁਹਾਡੀ ਇੱਕ ਆਈ ਸੀ ਕੈਸਟ, ਉਹਦੇ ਵਿੱਚ ਜਗਤਾਰ ਨਾਂ ਕੀ ਸੀਗਾ? ਉਹ ਕੈਸਟਾਂ ਦੇ ਵਿੱਚ ਤਾਂ ਅਲੱਗ-ਅਲੱਗ ਹੁੰਦੇ ਜੀ, ਭਗਵੰਤ ਦਾ ਯੁੱਗ ਨਹੀਂ ਸੀ, ਮੇਰਾ ਢੱਕਣ ਸੀ ਬੰਦੀ ਇੱਕ ਕੈਸਟ ਦੇ ਵਿੱਚ, ਕੁਝ ਇਦਾਂ ਦੇ ਸੀਗੇ। ਹਾਂਜੀ ਹਾਂਜੀ ਹਾਂਜੀ, ਚਲੋ ਮੈਂ ਸ਼ਾਰਟਕਟ ਵੀ ਆਪਾਂ ਮਿਲਾਂਗੇ, ਕੋਈ ਗੱਲ ਨਹੀਂ, ਇੰਡੀਅਨ ਸਵੀਟ ਵਾਲੇ ਆਪਣੇ ਰਿਸ਼ਤੇਦਾਰ ਹੀ ਆ। ਠੀਕ ਹੈ ਜੀ, ਘਰਾਂ ਚੋਂ ਹੀ ਆ। ਤੇ ਮੈਂ ਸ਼ਾਰਟ ਗੱਲ ਕਰਨੀ ਆ ਆਪਣੇ ਨਾ, ਮੈਂ ਜਮਾਨਾ ਦੇਖਿਆ ਜੱਗੀ ਭਾਜੀ ਬਈ, ਤੇ ਮੇਰੇ ਖਿਆਲ ਗੰਦ ਇਹ ਹੋਣੀ 1962-63 ਦੀ। ਅੱਛਾ ਜੀ, ਮਾੜਾ ਹੋਲਡ ਰੱਖੋ, ਮੈਂ ਕਾਲ ਹੋਲਡ ਕਰ ਲਵਾਂ, ਮਾੜਾ ਹੋਲਡ ਰੱਖੋ। ਹਾਂਜੀ ਹਾਂਜੀ ਹਾਂਜੀ, ਸਾਹਿਬ ਸਾਹਿਬ ਜੀ, ਸ਼ਾਰਟ ਰੱਖਿਓ ਜੀ, ਬ੍ਰੇਕ ਦਾ ਟਾਈਮ ਹੋ ਗਿਆ। ਹਾਂਜੀ ਹਾਂਜੀ ਜੀ, ਤੇ ਬੋਲ ਸਕਦਾ ਮੈਂ? ਹਾਂਜੀ ਹਾਂਜੀ, ਬੋਲੋ ਜੀ, ਆਪਣਾ ਸ਼ਾਰਟ ਰੱਖੋ ਥੋੜਾ। ਹਾਂਜੀ, ਤੇ ਉਹ 1963-64 ਦੀ ਹੋਊਗੀ ਬੜੀ ਹੱਦ ਗੱਲ। ਤੇ ਇਹ ਰਸੌਂਤ ਬਾਰੇ ਤੁਸੀਂ ਪੁੱਛਿਆ ਨਾ ਜੀ, ਓ ਮਾਈ ਗਾਡ, ਮੇਰੇ ਇੰਨੇ ਫੋੜੇ ਨਿਕਲਦੇ ਹੁੰਦੇ ਸੀ ਨਾ। ਅੱਛਾ ਜੀ ਅੱਛਾ, ਫੋੜੇ ਦੇਖੋ, ਫੋੜੇ ਵੀ ਇੱਕ ਵੱਖਰਾ ਹੀ ਕਲਚਰ ਸੀਗਾ। ਹਾਂਜੀ ਹਾਂਜੀ ਹਾਂਜੀ, ਤੇ ਉਹ ਮੈਨੂੰ ਮੇਰੀ ਨਾਨੀ, ਮੇਰੀ ਮਾਤਾ, ਸਾਡੇ ਉਹ ਮੰਮੀ ਦੇ ਮਾਸੀ ਦੇ ਮੁੰਡੇ ਦਾ ਵਿਆਹ ਸੀਗਾ, ਉਹ ਹੈਗੇ ਆ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਚ, ਆਪਣੇ ਚੰਬਾ ਪੈਂਦਾ ਆ, ਗੋਂਦਵਾਲ ਰੁਪਇਆ ਦਿੱਤਾ ਤੇ ਮੈਂ ਵਿਚੋਂ, ਤੇ ਉਹ ਉੱਥੇ ਅਨਾਰ ਸੀਗੇ, ਮੈਂ ਅਨਾਰ ਲੈ ਕੇ ਤੇ ਮੈਂ ਉਹਨੂੰ ਰੁਪਇਆ ਦਿੱਤਾ ਤੇ ਉਹਨੇ ਮੈਨੂੰ ਨਾ 24 ਦੇ ਹਿਸਾਬ ਨਾਲ ਮੋੜਤੇ, ਕਿਉਂਕਿ ਸਿਆਨਿਆਂ ਦਾ ਹੁੰਦਾ ਸੀ ਨਾ ਆਪਣੇ ਇੱਕ। ਹਾਂਜੀ ਹਾਂਜੀ ਹਾਂਜੀ, ਚਲੋ ਤੇ ਆਪਾਂ ਸਾਹਿਬ ਲੰਬੀ ਗੱਲ ਆਪਾਂ ਕਰਾਂਗੇ ਜੀ ਫੇਰ, ਆਪਾਂ ਗੱਲਾਂ ਬਹੁਤ ਵਧੀਆ, ਬਹੁਤ ਮਜ਼ਾ ਆਉਂਦਾ ਤੁਹਾਡਾ, ਬਹੁਤ ਧੰਨਵਾਦ ਕਰਦੇ ਹਾਂ। ਤੇ ਬ੍ਰੇਕ ਕਿਉਂਕਿ ਇੱਕ ਲੈਣੀ ਪੈਗੀ, ਬ੍ਰੇਕ ਤੋਂ ਬਾਅਦ ਫਿਰ ਅਸੀਂ ਗੱਲ ਕਰਾਂਗੇ, ਕਾਲਾਂ ਹੋਰ ਲਵਾਂਗੇ, ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹੈ ਜੀ, ਪਰ ਪ੍ਰੋਗਰਾਮ ਦਾ ਸਮਾਂ ਥੋੜ੍ਹਾ ਜਿਹਾ ਹੈਗਾ, ਕਾਲਾਂ ਇੱਕ ਦੋ ਲਈਆਂ ਜਾ ਸਕਦੀਆਂ ਪਰ ਕਾਲਾਂ ਹੁਣ ਲੈਣੀ ਹੋਣੀਆਂ, ਕਿਉਂਕਿ ਇੱਕ ਸਾਡਾ ਮਤਲਬ ਕੋਸ਼ਿਸ਼ ਸਾਡੀ ਇਹ ਹੁੰਦੀ, ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਹਰ ਚੀਜ਼ ਜਿਹੜੀ ਹੈ ਤੁਹਾਡੇ ਰੂਬਰੂ ਕਰੀਏ। ਅਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਯੂਨੀਵਰਸਿਟੀ ਜਿਹੜਾ ਗੁਰੂ ਘਰ ਹੈਗਾ ਸਾਰੇ ਜਾਣਦੇ ਨੇ, ਪੂਰੀ ਦੁਨੀਆਂ ਦੇ ਵਿੱਚ ਬੈਠੇ ਪੰਜਾਬੀ ਜਾਣਦੇ ਨੇ, ਯੂਨੀਵਰਸਿਟੀ ਦੇ ਨਗਰ ਕੀਰਤਨ ਬਾਰੇ ਜਾਣਦੇ ਨੇ। ਨਵੰਬਰ ਦੇ ਪਹਿਲੇ ਐਤਵਾਰ ਨਗਰ ਕੀਰਤਨ ਹੁੰਦਾ, ਇਸ ਵਾਰ ਸੰਭਾਵਨਾ ਹੈਗੀ ਆ, ਪਿਛਲੇ ਸਾਲ ਨਹੀਂ ਹੋਇਆ ਸੀ, ਇਸ ਵਾਰ ਵੀ ਹੋਏਗਾ। ਚਲੋ ਉੱਥੇ ਫਿਰ ਗੱਲ ਆ ਜਾਂਦੀ ਹੈ, ਕਾਫੀ ਦੇਰ ਪਹਿਲਾਂ ਤਾਂ ਉੱਥੇ ਕੋਈ ਇਲੈਕਸ਼ਨ ਨਹੀਂ ਹੋਈ, ਸਿਲੈਕਸ਼ਨ ਨਹੀਂ ਹੋਈ ਸੀਗੀ, ਪਰ ਜੇ ਹੁਣ ਇਲੈਕਸ਼ਨ ਹੋ ਰਹੀ ਉੱਥੇ ਐਤਕੀ। ਇਲੈਕਸ਼ਨ ਦੇ ਵਿੱਚ ਫਿਰ ਇਹ ਹੁੰਦਾ ਵੀ ਦੋ ਪਾਰਟੀਆਂ ਹੁੰਦੀਆਂ, ਆਪਾਂ ਨੂੰ ਪਤਾ ਹੀ ਹੈ, ਇੱਥੇ ਵੀ ਇੱਕ ਸਾਧ ਸੰਗਤ ਸਲੇਟ ਆ ਅਤੇ ਇੱਕ ਹੈਗੀ ਹੈ ਖਾਲਸਾ ਪੰਥ ਸਲੇਟ, ਦੋਨੋਂ ਖੜੀਆਂ ਨੇ। ਦੋਨਾਂ ਨੂੰ ਅਸੀਂ ਤੁਹਾਡੇ ਰੂਬਰੂ ਕੀਤਾ ਸੀ, ਦੋਨਾਂ ਦੇ ਵਿਚਾਰ ਤੁਹਾਡੇ ਰੂਬਰੂ ਪੇਸ਼ ਕੀਤੇ ਸੀਗੇ, ਕਿਸੇ ਕੰਟਰਾਵਰਸੀ ਵਿੱਚ ਅਸੀਂ ਇੱਕ ਨਹੀਂ ਪੈਣਾ ਚਾਹੁੰਦੇ, ਨਾ ਪਾਉਣਾ ਹੀ ਆ, ਇਹ ਗੱਲ ਆਪੋ ਆਪਣੇ ਵਿਚਾਰ ਰੱਖੋ ਜੀ, ਜੇ ਕਈ ਵਾਰ ਇਕੱਠੇ ਕਰ ਦਈਏ ਤਾਂ ਵਿਚਾਰ ਮੈਚ ਨਹੀਂ ਕਰਦੇ ਅਤੇ ਗੱਲ ਵੱਧ ਜਾਂਦੀ ਹੈ। ਚਲੋ ਤੀਜੀ ਗੱਲ ਇਹ ਆ ਕਿ ਸਾਡਾ ਉਹ ਤਾਂ ਫਰਜ਼ ਬਣਦਾ ਹੀ ਬਣਦਾ ਸੀ, ਸਾਨੂੰ ਤੀਜਾ ਬੰਦਾ ਕੋਈ ਆ ਕੇ ਇਹ ਕਹਿੰਦਾ ਵੀ ਭਾਈ ਆਹ ਚੀਜ਼ ਨੂੰ ਮੈਂ ਕਹਿਣਾ ਚਾਹੁੰਦਾ ਵੀ ਇਹ ਸਹੀ ਨਹੀਂ ਸੀ ਜਾਂ ਗਲਤ ਨਹੀਂ ਸੀ, ਅਤੇ ਉਹ ਵੀ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ।
ਯੁਵਾ ਸ਼੍ਰੀ ਦਾ ਅਗਰ ਜਦੋਂ ਨਾਮ ਆਉਂਦਾ ਤਾਂ ਸਰਦਾਰ ਦਿਲਦਾਰ ਸਿੰਘ ਬੈਂਸ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਗੁਰੂ ਘਰ ਬਣਾਉਣ ਵੇਲੇ ਤੋਂ ਲੈ ਕੇ ਨਗਰ ਕੀਰਤਨ ਸ਼ੁਰੂ ਕਰਨ ਵੇਲੇ ਤੱਕ ਸਾਰਾ ਦਿਲਦਾਰ ਸਿੰਘ ਬੈਂਸ ਉਹਨਾਂ ਨੇ ਕੀਤਾ ਅਤੇ ਉਹਨਾਂ ਦੇ ਭਰਾ ਜਸਵੰਤ ਸਿੰਘ ਬੈਂਸ ਉਹਨਾਂ ਨੇ ਸਾਨੂੰ ਕਿਹਾ ਵੀ ਸਾਡਾ ਨਾਮ ਵਰਤਿਆ ਗਿਆ ਕਿਸੇ ਪਾਰਟੀ ਵੱਲੋਂ ਅਤੇ ਅਸੀਂ ਉਹਦਾ ਬਿਆਨ ਦੇਣਾ ਬਹੁਤ ਵਧੀਆ ਉਹਨਾਂ ਨੇ ਵਿਚਾਰ ਪੇਸ਼ ਕੀਤੇ ਨੇ ਵੀ ਜਿੰਨੇ ਵੀ ਚੰਗੇ ਬੰਦੇ ਨੇ ਤੁਸੀਂ ਉਹਨਾਂ ਨੂੰ ਵੋਟ ਪਾਓ ਕਿਸੇ ਪਾਰਟੀ ਦਾ ਉਹਨਾਂ ਨੇ ਨਾਮ ਨਹੀਂ ਦਿਆ ਚੰਗੇ ਬੰਦੇ ਨੂੰ ਵੋਟ ਪਾਉਣ ਦੀ ਗੱਲ ਕੀਤੀ ਹੈ ਦਿਲਦਾਰ ਸਿੰਘ ਬੈਂਸ ਨਾਲ ਬੈਠੇ ਨੇ ਅਤੇ ਜਸਵੰਤ ਸਿੰਘ ਬੈਂਸ ਜਿਹੜੇ ਨੇ ਉਹਨਾਂ ਦੇ ਭਰਾ ਉਹ ਆਪਣਾ ਜਿਹੜਾ ਸਟੇਟਮੈਂਟ ਅਸੀਂ ਜਿਹਨੂੰ ਕਹਿੰਦੇ ਉਹ ਦੇ ਰਹੇ ਹਾਂ ਤੁਸੀਂ ਇਹ ਦੇਖੋ ਮੈਨੂੰ ਆਗਿਆ ਦਿਓ ਪ੍ਰੋਗਰਾਮ ਦਾ ਸਮਾਂ ਖਤਮ ਹੈ ਅਤੇ ਸਾਰੇ ਜਣੇ ਖੁਸ਼ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਵੰਤ ਸਿੰਘ ਬੈਂਸ ਹੈ ਅਤੇ ਮੇਰੇ ਸੱਜੇ ਪਾਸੇ ਮੇਰੇ ਭਾਈ ਸਾਹਿਬ ਸਰਦਾਰ ਦਿਲਦਾਰ ਸਿੰਘ ਬੈਂਸ ਬੈਠੇ ਹਨ ਤੁਹਾਨੂੰ ਮੇਰੇ ਖਿਆਲ ਸੰਗਤ ਨੂੰ ਪਤਾ ਹੈ ਕਿ ਅਸੀਂ ਯੁਵਾ ਸਿੰਘ ਵਿੱਚ ਜਦੋਂ ਦਾ ਗੁਰਦੁਆਰਾ ਗੁਰੂ ਘਰ ਬਣਿਆ ਹੈ ਉਦੋਂ ਦੀ ਉਹਦੇ ਵਿੱਚ ਸੇਵਾ ਕਰਦੇ ਆ ਰਹੇ ਹਨ ਹੁਣ ਆਪ ਜੀ ਨੂੰ ਅਸੀਂ ਇਹ ਜਾਣਕਾਰੀ ਕਰਾਉਣੀ ਚਾਹੁੰਦੇ ਹਾਂ ਕਿ ਜਿਹੜੀ ਮੋਰੇ ਇਲੈਕਸ਼ਨ ਆ ਰਹੀ ਆ ਇਹਦੇ ਵਿੱਚ ਸਾਡੀ ਫੈਮਿਲੀ ਨੇ ਡਾਇਰੈਕਟਰ ਦੀਆਂ ਮੈਂ ਐਪਲੀਕੇਸ਼ਨ ਭਰੀਆਂ ਸਨ ਪਰ ਜਦੋਂ ਉੱਥੇ ਵਰਤਮਾਨ ਚੇਂਜ ਹੋਣ ਲੱਗੇ ਤਾਂ ਅਸੀਂ ਦੇਖਿਆ ਵੀ ਜੇ ਇੱਥੇ ਸਰਬਸੰਮਤੀ ਨਾਲ ਇਲੈਕਸ਼ਨ ਹੋ ਜਾਵੇ ਤਾਂ ਚੰਗਾ ਹੈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਦੋਨਾਂ ਗਰੁੱਪਾਂ ਨੂੰ ਰੀਚ ਆਊਟ ਕਰਨ ਦੀ ਪਰ ਉਹਨਾਂ ਦੋਨੋਂ ਗਰੁੱਪ ਇੱਕ ਦੂਜੇ ਨੂੰ ਮਿਲਣਾ ਨਹੀਂ ਚਾਹੁੰਦੇ ਇਕੱਠੇ ਨਹੀਂ ਸੀ ਹੋਣਾ ਚਾਹੁੰਦੇ ਅਸੀਂ ਇਹ ਵੀ ਉਹਨਾਂ ਨੂੰ ਕਿਹਾ ਕਿ ਅਸੀਂ ਆਪਣੀ ਐਪਲੀਕੇਸ਼ਨਾਂ ਵਾਪਸ ਲੈ ਲੈਂਦੇ ਹਾਂ ਵੀ ਤੁਸੀਂ ਸਰਬਸੰਮਤੀ ਨਾਲ ਆਪਣੀ ਕਮੇਟੀ ਬਣਾ ਲਓ ਅਤੇ ਗੁਰਦੁਆਰਾ ਸਾਹਿਬ ਦੇ 2-2 ਲੱਖ ਡਾਲਾ ਸੇਵ ਕਰ ਲਓ ਪਰ ਅਸੀਂ ਕਾਮਯਾਬ ਨਾ ਹੋ ਸਕੇ ਹੁਣ ਅੱਜ ਕੱਲ੍ਹ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਹੈ ਉਹਦੇ ਵਿੱਚ ਮੇਰੇ ਭਾਈ ਸਾਹਿਬ ਦੇ ਨਾਮ ਵਰਤੇ ਜਾ ਰਹੇ ਹਨ ਪਰ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਕਿਸੇ ਵੀ ਗਰੁੱਪ ਨੂੰ ਸਪੋਰਟ ਨਹੀਂ ਕਰਦੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਵੀ ਜਿਹੜੇ ਵੀ ਕੈਂਡੀਡੇਟ ਹਨ ਉਹਨਾਂ ਵਿੱਚੋਂ ਗਰੁੱਪ ਛੱਡ ਕੇ ਉਹਨਾਂ ਵਿੱਚੋਂ ਜਿਹੜੇ ਵੀ ਚੰਗੇ ਹਨ ਉਹਨੂੰ ਤੁਸੀਂ ਵੋਟ ਪਾਓ ਅਤੇ ਕਾਮਯਾਬ ਬਣਾਓ ਇਹ ਸਾਡੀ ਬੇਨਤੀ ਹੈ ਅਤੇ ਦੂਸਰੀ ਗੱਲ ਇਹ ਹੈ ਕਿ ਸਾਡੀ ਫੈਮਿਲੀ ਦਾ ਨਾਂ ਯੂਜ਼ ਕੀਤਾ ਜਾ ਰਿਹਾ ਹੈ ਪਰ ਮੈਂ ਆਪਣੀ ਤੁਹਾਨੂੰ ਇਹ ਦੱਸਦਾ ਹਾਂ ਵੀ ਜਿਹੜੇ ਸਾਫ ਤਾਫ ਦੀਆਂ ਐਪਲੀਕੇਸ਼ਨ ਲਾਈਆਂ ਨੇ ਸਾਡੇ ਵਿੱਚ ਉਹਦਾ ਕੋਈ ਨਹੀਂ ਹੈ ਕਿ ਅਸੀਂ ਤਾਂ ਜਿਹੜੀ ਸੇਵਾ ਕਰਦੇ ਹਾਂ ਉਹਦੇ ਵਿੱਚ ਨਾ ਸਾਨੂੰ ਆਪਣੇ ਨਾਂ ਦੀ ਕੋਈ ਜ਼ਰੂਰਤ ਹੈ ਨਾ ਸਾਨੂੰ ਕੋਈ ਕਿਸੇ ਨੂੰ ਇਨਫਲੂਐਂਸ ਕਰਨ ਦਾ ਲੋੜ ਹੈ ਕਿ ਸਾਡੇ ਤੇ ਸਾਰੇ ਪਰਿਵਾਰ ਤੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੈ ਪਰ ਇੱਕ ਗੱਲ ਤੁਹਾਨੂੰ ਜ਼ਰੂਰ ਦੱਸਣੀ ਚਾਹੁੰਦੇ ਹਾਂ ਕਿ ਜਿਹੜੇ ਵੀ ਪਹਿਲਾਂ ਜਿਹੜੇ ਕੈਂਡੀਡੇਟ ਉਹਨਾਂ ਨੂੰ ਵੋਟਾਂ ਪਾਓ ਜਿਹਨਾਂ ਦੇ ਕੋਈ ਐਲੀਗੇਸ਼ਨ ਨਹੀਂ ਹੈ ਇਹਨਾਂ ਦਾ ਗੁੱਡ ਕਰੈਕਟਰ ਹੈ ਕੋਈ ਕ੍ਰੈਡੀਬਿਲਟੀ ਦੀ ਪ੍ਰੋਬਲਮ ਨਹੀਂ ਹੈ ਇਹ ਸਾਡੀ ਬੇਨਤੀ ਹੈ ਅਸੀਂ ਸਿਰਫ ਇਹੀ ਚਾਹੁੰਦੇ ਹਨ ਕਿ ਗੁਰਦੁਆਰਾ ਚੜ੍ਹਦੀ ਕਲਾ ਨਾ ਚੱਲੇ ਅਤੇ ਇੱਥੇ ਲੋਕਾਂ ਸਾਰਿਆਂ ਸਾਰੀ ਸੰਗਤ ਦੇ ਵਿੱਚ ਸ਼ਾਂਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ